ਪੜਾਕੇ ਪੈਣਗੇ ਆਦੇ ਕਹਿੰਦੇ ਪਿੰਡ ਦੂਰਾਂ ਤੋਂ ਅੱਗ ਨਿਕਲਣੀ ਹੈ ਆਦਾ ਕਹਿੰਦੇ ਮੇਰੇ ਮਿੱਤਰੋ ਪਿੰਡ ਤੰਦੂਰਾਂ ਤੋਂ ਅੱਗ ਬੱਲੇ 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 ਕਹਿੰਦੇ ਕਵਨ ਸੋਨੀ ਸਦਾ ਵੀਰ ਕਹਿੰਦਾ ਉਧਾਰ ਹੈ ਇਸ ਕਲੱਬ ਦਾ ਦੂਜਾ ਨੰਬਰ ਜੁੜ ਗਿਆ ਬਾਈ ਦੂਜਾ ਨੰਬਰ ਜੁੜ ਗਿਆ ਜਿਹੜੀ ਗੱਲ ਕਹਿਤੀ ਉਹ ਪੱਕੀ ਹੈ ਅਗਲੇ ਸਾਲ ਦੀਪੂ ਦੇ ਲਈ ਇਹਨਾਂ ਥਾਰ ਆਖਿਆ ਸੀ ਬਾਈ ਨੇ ਤੇ ਦੀਪੂ ਕਹਿੰਦਾ ਵੀ ਮੈਂ ਥਾਰ ਨਹੀਂ ਲੈਣੀ ਸਵੇਸਟ ਗੱਡੀ ਦੇ ਨਾਲ ਬਾਹਰ ਹੋਣਗੇ ਗੱਡੀ ਮੁਬਾਰਕਬਾਦ ਹੈ ਅਲੀ ਗਗਨ ਧੰਨਵਾਦ ਹੈ ਸੋਹਣਾ ਤੇਰਾ ਗੱਲ ਗੱਡੀ ਹੈ ਖੇਡ ਮੈਦਾਨ ਦੇ ਵਿੱਚ ਬਾਕੀ ਕਹਿੰਦੇ ਗੱਲਾਂ ਬਾਤਾਂ ਵੱਡੀਆਂ ਨੇ ਮੇਰੇ ਮਿੱਤਰੋ ਵੀਰ ਸਾਡਾ ਔਰ ਕਹਿੰਦੇ ਗੱਡੀਆਂ ਸਨਮਾਨ ਦੇ ਵਿੱਚ ਮਿਲ ਗਈਆਂ ਅਗਲੇ ਸਾਲ ਬੂਟੇ ਦੇ ਲਈ ਵੀ ਮੇਰੇ ਮਿੱਤਰੋ ਐਲਈਡੀ ਦਿੱਤੀ ਜਾਣੀ ਹੈ ਤੇ ਤੈਨੂੰ ਵੀ ਮੁਬਾਰਕਬਾਦ ਉਸਤਾਦ ਪਰ ਚੱਲਦਾ ਹੋਇਆ ਮੈਚ ਬੜਾ ਟਾਪ ਦਾ ਖੇਡ ਗਰਾਊਂਡ ਦੇ ਅੰਦਰ ਮੈਚ ਬੜਾ ਚੋਟੀ ਦਾ ਮੇਰੇ ਮਿੱਤਰੋ ਵੀ ਮੁੱਲ ਪੈਣ ਸ਼ਰੀਰਾਂ ਦੇ ਲਾਉਂਦੇ ਮੇਰ ਦੇ ਉੱਠ ਕੇ ਦੇ ਤੜਕੇ ਤੇ ਧੰਨ ਚੋਰ ਜਵਾਨਾਂ ਦਾ ਲੈਜਰ ਭਰਿਆ ਵੇਲਾ ਲੁੱਟ ਕੇ ਹਾੜੀਅਲ ਘੋੜੇ ਨੇ ਤੇ ਚੰਦਰੇ ਕਰ ਹੀ ਜਾਂਦੇ ਬਣਵਾਨੀ ਰਾਜੇ ਖਿੱਲੇ ਹੱਟ ਪਿੱਛੇ ਲੁੱਟੀਆਂ 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 ਪਾਉਂਦੀ ਵੀਰੇ ਜਵਾਨੀ ਬੋਲਟ ਕੌਣ ਜਿੱਤਦਾ ਕਿਹੜਾ ਨੈਟਮੈਨ ਬੋਲਟ ਦਾ ਹੱਕਦਾਰ ਹੁੰਦਾ ਗੱਲ ਥੋੜੇ ਥੋੜੇ ਸਮੇਂ ਦੀ ਹੈ ਗੱਲਾਂ ਕਹਿੰਦੇ ਥੋੜੇ ਸਮੇਂ ਦੀ ਹੈ ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਗੱਲ ਤੇ ਕਹਿੰਦੇ ਬੋਲਟਾਂ ਦੀ ਹੈ ਮੁੰਡੇ ਕਹਿੰਦੇ ਦੇਖਣਾ ਵੀ ਕਿਹੜਾ ਟੈਕ ਵੱਧ ਕਰਦਾ ਫੇਰ ਬੋਲਟ ਦਿੱਤਾ ਜਾਣਾ ਫਿਰ ਬੋਲਟ ਦਿੱਤਾ ਜਾਣਾ ਨੈਟਮੈਨ ਵੀ ਕਮਾਲ ਦੇ ਹੈ ਟੈਕਰ ਵੀ ਕਮਾਲ ਦੇ ਹੈ ਸੂਟਰ ਵੀ ਕਹਿੰਦੇ ਸੋਹਣੇ ਹੈ ਡਿਫੈਂਸਰ ਵੀ ਸੋਹਣੇ ਹੈ ਜੰਪਬਾਜੇ ਵਾਲਾ ਧਰਤੀ ਧੱਕ ਤਿੰਨ ਜੀਰੋ ਬਾਈ ਉਧਰ ਕਹਿੰਦੇ ਵੱਡੇ ਮਾਣ ਕੀਤੇ ਜਾਣੇ ਆ ਖਿਡਾਰੀ ਵੀਰਾਂ ਦੇ ਮੋਲ ਤੋਂ ਤਿੰਨ ਹੋ ਗਏ ਬਾਈ ਤਿੰਨ ਹੋ ਗਏ ਤਿੰਨ ਯਾਰ ਪਤਾ ਬਾਈ ਯਾਰ ਨੰਬਰ ਮੈਂ ਐਸੇ ਨਹੀਂ ਕਰਦਾ ਜੋਧਪੁਰ ਦਾ ਨਾਮ ਐਸੇ ਨਹੀਂ ਸਨੀ ਵੀਰ ਸਦਾ ਟੋਨੀ ਨਾਲ ਦੀਪਾ ਬਾਈ ਹੈ ਤੇ ਨਾਲ ਕਹਿੰਦੇ ਸਦਾ ਬਿੱਲਾ ਬਾਈ ਹੈ ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜਦੇ ਨਾਲ ਹਰਵਿੰਦਰ ਕੀਤਾ ਲੰਗਰ ਕਮੇਟੀ ਦਾ ਸਭ ਤੋਂ ਵੱਡਾ ਧੰਨਵਾਦ ਹੈ ਹਰਿੰਦਰ ਖੰਡੀ ਜੀ ਸਾਡੇ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਬਾਈ ਯਾਰ ਇੱਕ ਗੱਲ ਦੱਸੋ ਵੀ ਜਿਹੜੇ ਵੀਰਾਂ ਨੇ ਵੀ ਲੰਗਰ ਛਕਿਆ
ਇੱਕ ਵਾਰੀ ਇਹ ਲੰਗਰ ਕਮੇਟੀ ਦੇ ਲਈ ਦਿਲੋਂ ਤਾੜੀ ਮਾਰੋ, ਵੱਡੇ ਪ੍ਰਬੰਧ ਕੀਤੇ ਵੀਰਾਂ ਨੇ ਔਰ ਦਿਲੋਂ ਦਵਾਵਾਂ ਨੇ ਮੇਰੇ ਮਿੱਤਰੋ। ਪਰ ਇੱਧਰ ਤੱਕ ਤੇ ਜੀਰੋ ਦੀ ਟੱਕਰ ਖੇਡ ਗਰਾਊਂਡ ਦੇ ਅੰਦਰ ਲੱਗ ਰਿਹਾ, ਪਰ ਨੰਬਰ ਚੌਥਾ ਚੌਥਾ 4-0 ਬਈ 4-0 ਮਿੱਤਰ, ਉਹਨਾਂ ਨੇ ਇਰਾਦੇ ਜਿਹੜੇ ਆਪਣੇ ਸਾਫ਼ ਕਰ ਦਿੱਤੇ ਆ। 4-0 ਹੋ ਗਿਆ ਬਈ, ਰਾਜਪਾਲ ਗਲਤੀ ਕਰ ਗਿਆ, ਬੱਟਾ ਦੂਰ ਦੀਆਂ ਨੇ, ਇੱਧਰ ਮੁੰਡੇ ਪਰੇਸ਼ਾਨ ਨੇ, ਆਪਣੇ ਇਰਾਦੇ ਜਿਹੜੇ ਉਹ ਸਾਫ਼ ਕਰ ਦਿੱਤੇ ਆ ਵੀ ਨੰਬਰ ਪਹਿਲੇ ਚਾਰ ਦੌੜ ਤੇ ਗੱਭਰੂ ਸਰਵਿਸ ਕਰਨ ਲਈ ਬਿਲਕੁਲ ਤਿਆਰ ਬਰ ਤਿਆਰ ਹੈ। ਔਰ ਚਰਚੇ ਹੋਣਗੇ, ਔਰ ਰੂਪ ਹੈ ਭਰੋਸਾ ਦੀ ਧਰਤੀ ਦਾ। ਭਾਈ ਮੀਡੀਅਮ ਕਾ ਮੈਚ ਹੈ, ਯੂਪੀ ਸ਼ਾਸਤਰੀ ਕੱਲ ਆਇਆ ਥਾ ਭਾਈ, ਜਿੱਤ ਗਿਆ ਥਾ, ਫਸਟ ਆਇਆ ਥਾ ਯੂਪੀ ਸ਼ਾਸਤਰੀ ਕੱਲ ਆਇਆ ਥਾ। ਬੜਾ ਬੇਨਤੀ ਹੈ ਰਾਜਨ ਜਲ ਕੇ ਕੋਈ ਕੱਚੀ ਦਾ ਮੇਲਾ ਹੋਵੇ ਜੇ ਸਮੈਸ਼ਕ ਦਾ ਹੋਵੇ ਜੇ ਮਿਲੀ ਜਾਂਦਾ ਹੋਵੇ ਤੇ ਨੈਣੇ ਵਾਲੀਏ ਨੂੰ ਫੋਨ ਰਾਜਨ ਜੱਟ ਦਾ ਆਉਂਦਾ ਹੀ ਰਹਿੰਦਾ ਵੀ ਨੈਣੇ ਵਾਲੀਏ ਟੂਰਨਾਮੈਂਟ ਦੇਖਦੀ ਆਪਾਂ ਤੇਈ ਮਾਰਚ ਹੈ, ਦਸਵੇਂ ਮਹੀਨੇ ਦੇ ਕਦੇ ਫੋਨ ਆਉਣ ਲੱਗ ਜਾਂਦੇ ਆ ਰਾਜਨ ਜੱਟ ਦੇ ਤੇ ਤੇਈ ਮਾਰਚ ਆਉਂਦੀ ਹੈ ਭਾਗਾਂ ਵਾਲੀ ਤਰੀਕ ਹੈ। ਭਾਈ ਮੀਡੀਅਮ ਕਾ ਮੈਚ ਹੈ, ਯੂਪੀ ਸ਼ਾਸਤਰੀ ਕੱਲ ਆਇਆ ਥਾ ਭਾਈ, ਜਿੱਤ ਗਿਆ ਥਾ, ਯਹਾਂ ਪਰ ਫਸਟ ਆਇਆ ਥਾ। ਕੋਈ ਕੋਈ ਤਾਵਾ ਤਾਵਾ ਫਿਰਲਾ ਫਿਰਲਾ ਕਰ ਸਕਦਾ ਹੈ, ਅੱਜ ਦੇ ਦਿਨ ਦਾ ਅੱਜ ਦੇ ਸਮੇਂ ਦਾ ਸਭ ਤੋਂ ਬੈਸਟ ਟੂਰਨਾਮੈਂਟ ਹੈ। ਭਾਈ ਯਾਰ ਇੱਕ ਗੱਲ ਦੱਸੋ, ਅੱਜ ਦਾ ਟੂਰਨਾਮੈਂਟ ਚੰਗਾ ਲੱਗਿਆ, ਪ੍ਰਬੰਧ ਮੁੰਡਿਆਂ ਦੇ ਚੰਗੇ ਲੱਗੇ, ਉਹਨੂੰ ਸੌ ਲੱਗੇ, ਬੇਬੇ ਬਾਪੂ ਦੀ ਜਿਹੜਾ ਪ੍ਰਬੰਧਕੀ ਕਮੇਟੀ ਦੇ ਲਈ ਤਾੜੀ ਨਾ ਮਾਰੇ। ਅੱਜ ਤੋਂ ਇੱਥੋਂ ਬਾਅਦ ਕੁਛ ਵੀ ਨਹੀਂ, ਜਿਵੇਂ ਸਿਆਣੇ ਕਹਿੰਦੇ ਆ ਨਾ ਵੀ ਤਾਰਿਆਂ ਤੋਂ ਪਰੇ ਕੁਝ ਵੀ ਨਹੀਂ, ਆਹ ਮੇਲਾ ਵੀਰਾਂ ਨੇ ਕਰਵਾਤਾ ਤੇ ਢਿੱਲੋ ਏਦਾਂ ਦਾ ਮੇਲਾ ਕਰਵਾਉਣਾ, ਲੋਕਾਂ ਦੇ ਕੋਲ ਚੁੱਪੜੇ ਹੀ ਰਹਿਣਾ। ਔਰ ਚਰਚੇ ਜਿਹੜੇ ਵੱਡੇ ਆ, ਚਰਚੇ ਵੱਡੇ ਫਿਰ ਚੰਨਾ ਸੁਗਲਾ ਤੇ ਨਾਲ ਗਗਨ ਸੁਗਲ ਕਹਿੰਦੇ ਅਗਲੇ ਸਾਲ ਲੈਣੇ ਵਾਲੀ ਆ, ਤੇਰੇ ਵੀ ਬਾਣ ਵੱਡੇ ਆਪਾਂ ਐਲਈਡੀ ਦੇ ਨਾਲ ਕਰਦੇ ਆ ਕੇ ਉਹ ਪਿਆਰ ਹੈ ਤੇ ਜਾਹੋ ਜੀ ਲੋਕਾਂ ਪਿਆਰ ਬਣਾਈ ਰੱਖੇ। ਬੜਾ ਵੱਡਾ ਮੈਚ ਖੇਡਿਆ ਜਾ ਰਿਹਾ, ਸੁਪਰ ਫਾਈਨਲ ਹਰਿਆਣੇ ਤੇ ਪੰਜਾਬ ਦਾ ਮੈਚ ਹੈ, ਗੱਲ ਤੇ ਕੋਲਤਾ ਦੀ ਹੈ, ਉਹ ਗੱਲ ਤੇ ਕੋਲਤਾ ਦੀ ਹੈ, ਕੋਈ ਦਿੱਕਤ ਨੂੰ ਜਾਣਦੇ ਸਮੇਂ ਦੀਆਂ ਗੱਲਾਂ ਲੱਭ ਦੀਪ ਥੱਪੜ ਵਾਲੇ ਦੇ ਪਿੰਡ ਦਾ ਵੀ ਬੇਸਟ ਰਿਹਾ ਵਾਲ ਸੋਹਣਿਆ ਹੈ, ਕੋਲਤ ਦੇ ਮੋਹਰ ਲਾਦੀਆਂ ਮੱਥੇ ਨੇ ਉਹ ਕੋਲਤਾ ਵਾਲੀਆਂ ਹੈ। ਆ ਮੇਰੇ ਮਿੱਤਰੋ ਬੱਲ ਦੁੱਖ ਦੁੱਖ ਰਾਜਾ ਜੱਟ ਸਾਡਾ ਵੀਰ ਕਹਿੰਦਾ ਵੀ ਜਿਹੜਾ ਕਰਜ਼ੀ ਖਿਡਾਰੀ ਪੰਜ ਗ੍ਰੈਸ ਕਰਦੇ ਰੁਪਇਆ 500 ਦਿੱਤਾ ਜਾਣਾ, ਔਰ ਰੁਪਇਆ 500 ਦੇਗਾ, ਤਿੰਨ ਹੋ ਗਿਆ ਸਿੱਧੂਆ, ਪਰ ਪੰਜ ਕਿਸੇ ਗੱਲ ਨਾ ਹੋਣੀ ਹੈ। ਉਹ ਕਹਿੰਦੇ ਨੇ ਵੀ ਵੱਡੇ ਰਿਕਾਰਡ ਆ ਮੇਰੇ ਮਿੱਤਰੋ। ਭਾਈ ਯਾਰ ਦੇਖੋ ਅਟੈਕਰ ਤੇ ਨੈਟਮੈਨ ਕਿੰਨਾ ਜ਼ੋਰ ਲਾਉਂਦੇ ਆ, ਆਪਾਂ ਇਹਨਾਂ ਦਾ ਮਾਣ ਕਰਦੇ ਇਹਨਾਂ ਲਈ ਤਾੜੀ ਵੀ ਮਾਰਦੇ ਆ, ਇੱਕ ਤਾੜੀ ਹੈ ਡਿਫੈਂਸਰਾਂ ਲਈ ਵੀ ਮਾਰੋ, ਔਰ ਜਦੋਂ ਦੇ ਮੁੰਡੇ ਆ ਜਾਂਦੇ ਆਹੀ ਕਹਿੰਦੇ ਗੱਲਾਂ ਬਾਤਾਂ ਟਿਕਾਣੇ ਲਈ ਆਉਂਦੇ ਆ ਤੇ ਆਪਾਂ ਡਿਫੈਂਸਰਾਂ ਦੇ ਵੀ ਮਾਣ ਜਿਹੜੇ ਵੱਡੇ ਕਰਾਂਗੇ। ਵੱਡੇ ਮਾਰ ਕਹਿੰਦੇ ਵੱਡੇ ਕਰਦੇ ਆ, ਵੱਡਾ ਮੈਚ ਅਗਰ ਪਿੰਡਰ ਖੰਜਰ ਵਾਲੀਆਂ ਨੈਟਮੈਨ ਕਹਿੰਦੇ ਤਿੰਨੋਂ ਕਮਾਲ ਦੇ ਹੈ, ਦਰਦ ਨੂੰ ਪਾਨਾ, ਪੇਟ ਨੂੰ ਪਾਨਾ, ਲੱਕੜ ਨੂੰ ਪਾਨਾ, ਰਗੜ ਕੇ ਧਰ ਜਾਂਦੇ ਪਿਆ ਪਿਛੋੜਾ, ਵਿਗੜਿਆ ਘੋੜਾ, ਰੀੜ ਦਾ ਫੋੜਾ, ਤਿੰਨੇ ਕੋਈ ਸਰਦੇ ਨੀ, ਚੋਰਾਂ ਦਾ ਲੁੱਟਿਆ, ਪੁਲਿਸ ਦਾ ਕੁੱਟਿਆ, ਰੰਗਾਂ ਦਾ ਕੱਟਿਆ, ਤਾਰ ਕਦੇ ਆਉਂਦੇ ਨੀ, ਬਨਾਰਸੀ ਠੱਗ ਸਿਰੋ ਕੱਪੀ ਪੱਗ ਤੇ ਹਾੜ ਦੀ ਅੱਗ, ਤਿੰਨੋਂ ਗੱਲਾਂ ਬੁਰੀਆਂ, ਜਿੱਤੂ ਚੰਗ
ਜਮੇ ਦੀ ਖੰਗ ਤੇ ਜਮਾਈ ਡੰਗ ਆਪਾਂ ਵੀ ਮਾਨ ਵੱਖਰੀ ਕਰਾਂਗੇ ਉਹ ਮੇਰੇ ਵਿੱਚੋਂ ਗੱਲਾਂ ਹੋਣਗੀਆਂ ਤੇ ਚਰਚੇ ਪੱਟੇ ਨੇ ਚਰਚੇ ਪੱਟੇ ਤੇ ਦਰਸ਼ੀ ਸਿੰਘ ਤੇ ਚੰਨਾ ਸਭ ਸਾਡਾ ਭਰਾ ਬੰਦੇ ਦਾਨ ਇਹਨਾਂ ਦੋਨਾਂ ਲਈ ਵੀ ਕੀਤੇ ਵੀਰਾਂ ਨੇ ਤੇ ਜਿਹੜਾ ਬੰਦਾ ਟੱਪਾ ਟੱਚ ਕੋ ਆ ਗਿਆ 500 ਦਾ ਹੋਣਾ ਉਹ ਦਰ ਫਿਰ ਸਦਾ ਤੇ 300 ਬਲ 500 ਹੋਣਾ ਅੱਠ ਟੱਪੇ ਦਾ ਬਹੁਤ ਬੜਾ ਧੰਨਵਾਦ ਕਰਦੇ ਹਾਂ ਕੱਲ ਬਾਈ ਚੰਨੇ ਸਮੋਂ ਨੇ ਵੱਡੇ ਨਾਮ ਨੇ ਕਿਸੇ ਮੇਰੇ ਮਿੱਤਰੋ ਪਰ ਇੱਧਰ ਤੇ ਹੋਰ ਰਿਕਾਰਡ ਟੁੱਟਣਗੇ ਤੇ ਰਿਕਾਰਡ ਢਿੱਲੋਂ ਨਵੇਂ ਵੱਢਣਗੇ ਅੱਜ ਦੇ ਸੁਪੱਟੇ ਕੱਪ ਦੇ ਉੱਤੇ ਬਹੁਤ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਮਣੀ ਦਾ ਕਹਿੰਦਾ ਮੁੱਲਾ ਮੁਰਦਾ ਇਲਾਕਾ ਮੇਰੇ ਮਿੱਤਰੋ ਜ਼ਿਲ੍ਹਾ ਲੁਧਿਆਣਾ ਪਾ ਜਾਂਦਾ ਗੱਭਰੂ ਨੂੰ ਤੇ ਚਰਚੇ ਦੁਨੀਆਂ ਦੇ ਵਿੱਚ ਆਓ ਪੱਲੇ 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 ਸਵਾਲ ਸਵਾਲ ਆਓ ਸਵਾਲ ਮੇਰੇ ਮਿੱਤਰੋ ਦੇਖੋ ਯਾਰ ਕਿੱਡੇ ਵੱਡੇ ਮਾਣ ਵਾਲੀ ਗੱਲ ਹੈ 12 ਪਲੇਅਰ ਖੇਡਦੇ ਆ ਗਰਾਊਂਡ ਦੇ ਵਿੱਚ ਤੇ ਇੱਕੋ ਇੱਕ ਪਲੇਅਰ ਦੇ ਦਸਤਾਰ ਸਜਾਈ ਹੋਈ ਆ ਇੱਕ ਵਾਰੀ ਯਾਰ ਖੰਜਰ ਵਾਲੀ ਆ ਪਿੰਦਰ ਦੇ ਵੀ ਚਲੋ ਪਾਣੀ ਮਾਰੋ ਬਰਾਡੀ ਨੇ ਇਹਦੀ ਕਿੱਡੇ ਮਾਣ ਵਾਲੀ ਗੱਲ ਹੈ ਸਾਡੀ ਲੋਰੀਆਂ ਬਣਾ ਕੇ ਸੁਣਾਉਣ ਵਾਲੀ ਆ ਤੇ ਭੁੱਲ ਜਾਣ ਮਾਮਾ ਪੁੱਤ ਸ਼ੇਰ ਹੋਣਗੇ ਕਾਟਾਂ ਦੀ ਟੋਜ ਜਿਹੜੇ ਚਿੱਟਾ ਦੱਸਲੇ ਤੇ ਜੰਗ ਦੇ ਮੈਦਾਨ ਛੇਤੀ ਢੇਰ ਹੋਣਗੇ ਤੇ ਜੰਗ ਦਾ ਮੈਦਾਨ ਸਿੱਧੇ ਕਰੋ ਫੈਸਲੇ ਸਰਦਾਰਾਂ ਦੇ ਫਨਾਲੇ ਕੋਈ ਗਿਆਨ ਨਹੀਂ ਹੁੰਦੇ ਪੱਗਾਂ ਨਹੀਂ ਨਾ ਲੱਗੇ ਕਦੇ ਆਓ ਸੇਲ ਚੱਕ ਤੇ ਚੁੰਨੀਆਂ ਦੇ ਕਦੇ ਕੋਈ ਆਓ ਗ੍ਰੈਂਡ ਨਹੀਂ ਹੁੰਦੇ ਆਓ ਲੱਗਾ ਕਦੇ ਫੇਰ ਕੋਈ ਤਾਲੀਆਂ ਬਾਲਾ ਲਾਈ ਜਾਂਦਾ ਉਧਰ ਜਸਵੰਦਰਾ ਸਕੂਲ ਦੇ ਬਰਿੰਦੇ ਵਾਲੇ ਭਰਾ ਪੁੱਗਿਆ ਜਿਹਨਾਂ ਦੀਆਂ ਬਹੁਤ ਵਧੀਆ ਟਰਾਫੀਆਂ ਪੂਰੇ ਕਹਿੰਦੇ ਪੈਰ ਦਾ ਕਨੇਡਾ ਜਿੱਥੇ ਜਿੱਥੇ ਵੀ ਮੈਚ ਹੁੰਦੇ ਆ ਜਿਹਨਾਂ ਭਰਾਵਾਂ ਦੀਆਂ ਟਰਾਫੀਆਂ ਹੁੰਦੀਆਂ ਅੱਜ ਵੀ ਬਹੁਤ ਵਧੀਆ ਕੱਪ ਸਾਡੇ ਵੀਰਾਂ ਨੇ ਬਣਾਏ ਆ ਤੇ ਰੇਟ ਵੀ ਬਿਲਕੁਲ ਵਾਜਬ ਹੈ ਜਿਹਨਾਂ ਵੀ ਕੋਈ ਟੂਰਨਾਮੈਂਟ ਹੁੰਦਾ ਤੇ ਜ਼ਰੂਰ ਇਹਨਾਂ ਵੀਰਾਂ ਨਾਲ ਸੰਪਰਕ ਕਰੋ ਬਾਈ 4-0 ਮਨਿਆਰੀ ਦਾ ਖਾਤਾ ਨਹੀਂ ਖੁੱਲਿਆ ਬਾਈ ਹਾਲੇ ਜਿਹੜਾ ਵੀਰ 4-0 ਬਾਈ 4-0 ਰੁਪਿਆ ਬਾਈ ਜੀ ਬੂਮ ਸਪਰੇ ਪਹੁੰਚਦੀ ਕਰੋ ਮੇਰਾ ਵੀਰ ਜਾਓ ਬਾਈ ਦਾ ਸਾਡਾ ਵੀਰ ਕਹਿੰਦਾ ਵੀ ਜਿਹੜਾ ਮਰਜ਼ੀ ਖਿਡਾਰੀ ਪੰਜਵਾਂ ਲੱਗ ਗਿਆ ਬਾਈ ਪੰਜਵਾਂ ਸਾਲੂ ਗਲਤੀ ਕਰ ਗਿਆ ਉਹ ਵੀ ਭਰਾ ਲੈਣ ਜਿਹੜਾ ਹੋਇਆ ਇਹਦਾ ਵੀ ਨਜ਼ਾਰੇ ਆਈ ਜਾਂਦੇ ਆ ਸਿੱਧੂ ਵੀ ਵੈਸਟ ਵਾਲੀ ਲਾਈਨ ਦੇ ਵਿੱਚ ਹੋਰ ਚੰਦ ਵਾਜੇ ਵਾਲਾ ਵੀ ਜ਼ੋਰ ਲਾ ਰਿਹਾ ਜੋ ਤੇ ਜਵਾਨੀ ਹੁੰਦੇ ਉਮਰਾਂ ਦੇ ਖੇਲ ਬਈ ਇਹਦੇ ਵਿੱਚ ਹੁੰਦਾ ਯਾਰ ਸਾਧਾ ਵਾਲਾ ਭੇੜ ਬਈ ਜੋਰ ਤੇ ਜਵਾਨੀ ਹੁੰਦੇ ਉਮਰਾਂ ਦੇ ਖੇਲ ਬਈ ਜੋਰ ਤੇ ਕਹਿੰਦੇ ਜਵਾਨੀ ਦੀ ਗੱਲ ਹੈ ਉਹ ਕਹਿੰਦੇ ਮੌਜ ਬਹਾਰ ਆ ਜਵਾਨੀ ਦੀ ਉਹ ਪੱਲੇ 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 ਹਾਂ ਗਲਤੀ ਕਰ ਗਿਆ ਬਾਈ ਜੀ ਮੂਲ ਸਪਰੇ ਪਹੁੰਚਦੀ ਕਰੋ ਮੇਰੀ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ
ਹਰ ਫੂਡ ਸਪਲੇ ਜ਼ਰੂਰ ਪਹੁੰਚਦੀ ਕਰ ਦਾਂਗੇ। ਕਿਸੇ ਦੀ ਗੱਡੀ ਚੋਣੀ ਉਹ ਦੇਖਣਾ ਵੀਰ, ਪੁੱਛ ਲੈਂਦੇ ਹਾਂ ਕਿਸੇ ਨਾ ਕਿਸੇ ਨੂੰ। ਇੱਥੇ ਖਿਡਾਰੀ ਵੀਰ ਆਏ ਹੋਏ ਆ, ਕਿਸੇ ਦੀ ਗੱਡੀ ਚੋਵੇ ਯਾਰ ਫੇਰ ਬਣ ਕੇ ਜ਼ਰੂਰ ਪਹੁੰਚਦੀ ਕਰੋ ਮੇਰਾ ਭਰਾ ਬਣ ਕੇ। ਇੱਧਰ 0-5 ਦੀ ਟੱਕਰ ਹੈ, ਪਨਿਹਾਰੀ ਵਾਲੇ ਉਹ ਮੁੰਡੇ ਫਰੋਸ਼ਾ ਵਾਲਿਆਂ ਨੇ ਉਹ ਫਰਕ ਕਹਿੰਦੇ ਬਹੁਤ ਵੱਡਾ ਪੈ ਗਿਆ 0-5 ਫਰਕ ਬਣਿਆ। ਜਿੰਗਣੇ ਨੀ ਤੇਰੇ ਮੇਰੇ ਹਾਲਾਤਾਂ ਦੇ, ਉਹ ਦੁਨੀਆ ਫੈਨ ਹੈ ਯਾਰਾਂ ਦੀ, ਯਾਰ ਨੇ ਫੈਨ ਉਹਦੀਆਂ ਬਾਤਾਂ ਦੇ। ਆਓ ਸਾਹਮਣੇ ਮੈਚ ਬੜਾ ਟਾਪ ਦਾ ਮੇਰੇ ਮਿੱਤਰੋ, 0-5 ਆਓ 5 ਦੀ ਟੱਕਰ ਖੇਡ ਗਰਾਊਂਡ ਦੇ ਅੰਦਰ, ਬੜੇ ਸਿਰੇ ਦੀ ਖੇਡ ਖੇਡੀ ਜਾ ਰਹੀ ਹੈ ਵੀ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਉਹ ਜਿੰਦ ਜਾਨ ਤੇਰੇ ਤੋਂ ਮਾਰਾਂਗੇ। ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਤੇ ਕੱਚੀ ਪਹੀ ਤੇ ਲਿਜਾ ਕੇ ਮਾਰਾਂਗੇ, ਬੀਜਾ ਤੱਤੀ ਲੱਗੀ ਤੈਨੂੰ ਨੀ, ਅਸੀਂ ਫੂਕਾ ਮਾਰ ਮਾਰ ਠਾਰਾਂਗੇ। ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਤੇ ਜਿੰਦ ਜਾਨ ਤੇਰੇ ਤੋਂ ਮਾਰਾਂਗੇ। ਜਿੰਦ ਜਾਨ ਮੇਰੇ ਮਿੱਤਰੋ ਆਹ ਖਿਡਾਰੀਆਂ ਦੀ ਖੇਡਾਂ ਦੇ ਵਿੱਚ ਵਸਦੀ ਹੈ। ਅੱਜ ਵੱਡਾ ਕੱਪ ਹੈ ਬਰਮਪੁਰ ਭਾਗੋ ਮਗਰੇ ਦੀ, ਉਹ ਮੇਰੇ ਮਿੱਤਰ ਬੜੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਤੇ ਅੱਜ ਦਾ ਵੱਡਾ ਮੇਲਾ ਖੇਡਿਆ ਜਾ ਰਿਹਾ ਹੈ। ਪ੍ਰਬੰਧ ਵੀ ਮੁੰਡਿਆਂ ਨੇ ਪਾ ਕਮਾਲ ਕੀਤੇ ਆ, ਤੇ ਇੱਧਰ ਤੇ ਅਟੈਕਰ ਤੇ ਡਿਫੈਂਸਰ ਪੂਰੇ ਅੱਤ ਦੇ ਆ, ਅੱਤ ਦੇ ਆ। ਇੱਧਰ ਪਿੰਡ ਹੈ ਗੌਰਗੜੀਆ, ਗੌਰਗੜ ਪਿੰਡ ਹੈ ਹਰਿਆਣੇ ਦਾ, ਬਹੁਤ ਮਹਿੰਗਾ ਸਾਡਾ ਅੱਜ ਕੱਲ੍ਹ ਕਿਵੇਂ ਸੇ ਰਹਿੰਦਾ। ਆਹ ਬਦਾਨਾ ਦੇ ਵਿੱਚ ਖੇਡਣ ਆਉਂਦਾ ਰਿਹਾ ਤੇ ਰਾਜਨ ਜੈਕਰ ਦੇ ਨਾਲ ਪਿਆਰ ਪੈ ਗਿਆ, ਤੇ ਪੈਂਟਾ ਬਾਈ ਸਾਡਾ ਕਹਿੰਦਾ ਕਿਵੇਂ ਸੇ ਤੋਂ ਲੈ ਜਿਹੜਾ ਹੋਇਆ ਵੀ ਅਗਲੇ ਸਾਲ ਬਿਸਟ ਸੁਪਰ ਤੇ ਟੈਂਟਮੈਨ ਦੇ ਲਈ, ਬਿਸਟਾਂ ਤੋਂ ਇਲਾਵਾ ਸੁਪਰ ਦੇ ਲਈ 11,000 ਪੈਂਟੇ ਬਾਈ ਦੇ ਵਧੀਆ ਹੋਣਾ ਅਗਲੇ ਸਾਲ ਦੇ ਐਲਾਨ ਵੀ ਭਰਾਵਾਂ ਨੇ ਕਰਵਾ ਦਿੱਤੇ ਹੈ। ਅਗਲੇ ਸਾਲ ਦਾ ਮੇਲੇ ਦੀ ਮੇਰੇ ਮਿੱਤਰ ਗੱਭਰੂ ਨੇ ਨੀਂਹ ਜਿਹੜੀ ਰੱਖ ਦਿੱਤੀ ਹੈ। ਮੈਂ ਤੇ ਚੋਟੀ ਦਾ 5 ਤੇ 0 ਦੀ ਟੱਕਰ ਖੇਡ ਮੈਦਾਨ ਦੇ ਵਿੱਚ ਸਾਰੇ ਲਾਈਵ ਵਾਲੇ ਵੀਰਾਂ ਦਾ ਵੀ ਦਿਲੋਂ ਧੰਨਵਾਦ, ਬਹੁਤ ਵੱਡਾ ਧੰਨਵਾਦ। ਆਪਾਂ ਇੱਕ ਖੰਜਰ ਵਾਲੀ ਪਿੰਦਰ ਨੇ ਕਹਿੰਦੇ ਆਪਣੇ ਰਾਜੇ ਜਿਹੜੇ ਉਹ ਸਾਫ ਕਰ ਦਿੱਤੇ ਹੈ। ਇੱਕ ਗੱਲ ਵੇਖੋ ਵੀਰੇ, ਆਪਣੇ ਕੋਲੇ ਟੱਪਾ ਪਾ ਗਿਆ ਬਾਈ, ਟੱਪਾ ਪਾ ਗਿਆ ਬੁੱਢੇ ਦੇ ਆਪਣਾ ਨਾਂ ਲਿਖਾ ਗਿਆ ਖੰਜਰ ਵਾਲੀਆ ਬਾਈ, ਟੈਮ ਵੀ ਲੈ ਲੈਂਦੇ ਹਾਂ। ਜਦੋਂ ਦੇ ਵੀਰ ਆਏ ਆ ਤੇ ਇੱਕੋ ਜਗ੍ਹਾ ਤੇ ਬੈਠੇ ਆ, ਇਹਨਾਂ ਲਈ ਯਾਰ ਇੱਕ ਤਾੜੀ ਤਾਂ ਮਾਰੋ ਲਾਈਵ ਵਾਲੇ ਵੀਰਾਂ ਦੇ ਲਈ, ਬਹੁਤ ਖੁਸ਼ੀ ਦੀ ਗੱਲ ਆ ਵੀਰਿਆ। ਔਰ ਲਾਈਵ ਵਾਲੇ ਭਰਾਵਾਂ ਦਾ ਵੀ ਆਪਾਂ ਮਾਣ ਕਰਾਂਗੇ, ਮੇਰੀ ਬੇਨਤੀ ਆ ਮੇਰੇ ਭਰਾਵਾਂ ਨੂੰ, ਔਰ ਕੋਈ ਵੀ ਇਨਸਾਨ ਆਉਂਦਾ ਤੇ ਆਉਣਾ ਇੱਕ ਆਸ ਉਮੀਦ ਨਾਲ ਹੀ ਹੈ, ਆਉਂਦਾ ਇੱਕ ਆਸ ਉਮੀਦ ਨਾਲ ਹੀ ਹੈ। ਬਹੁਤ ਵੱਡਾ ਧੰਨਵਾਦ ਹੈ, ਵੱਡਾ ਧੰਨਵਾਦ ਹੈ। ਕੁਲਾਨ ਹੋਰ ਵਧਾ ਹੋਣ ਲੱਗਿਆ ਸੁਣੇ ਜਰਾ, ਜਿਹੜਾ ਖਿਡਾਰੀ ਪਹਿਲਾਂ 7 ਵਾਲਾ ਕ੍ਰਾਸ ਕਰ ਗਿਆ ਬੇਦੀ ਚੌ ਮਾਰ ਵਾਲਾ ਬੈਠਾ ਭਰਾ, ਕਹਿੰਦਾ ਵੀ ਐਲਈਡੀ ਹੋਣੀ ਆ 7 ਵਾਲਾ ਦੇ ਬਰਲਾਲ ਸਿਆ, ਜਿਹੜਾ ਪਹਿਲਾਂ 7 ਕਰ ਗਿਆ ਹੋਏ ਕਹਿੰਦੇ ਪਹਿਲੀਆਂ 7 ਵਾਲਾ ਹੋ ਗਿਆ ਚਾਰ ਅੱਜ ਵੀ ਬੜਾ ਮਕਬੂਲ ਆ ਵੀ ਮੈਂ ਫਸਲ ਵੇਚ ਕੇ ਆਇਆ ਨੀ ਤੇਰਾ ਕਲੋ ਉਲਾਂਭਾ ਲਾਇਆ ਨੀ, ਜਿੱਥੇ ਰਹਿੰਦੇ ਗੱਲਾਂ ਕਰਦੇ ਨਾਲ ਹੀਰਾਂ ਬੋਲਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ, ਬਾਪੂ ਤਸਵੀਰਾਂ ਬੋਲਦੀ ਹੈ। ਉਧਰ ਬਿੰਦੀ ਚੌ ਮਾਰ ਵਾਲਾ ਭਰਾ ਕਹਿੰਦਾ, ਉਧਰ ਬਿੰਦੀ ਚੌ ਮਾਰ ਵਾਲਾ ਭਰਾ ਕਹਿੰਦਾ ਜਿਹਦਾ 52,000 ਦਾ ਸਹਿਯੋਗ ਵੀ ਹੈ,
ਜਿਹੜਾ ਬੰਦਾ ਪਹਿਲਾ ਸੱਤ ਵਾਲਾ ਕ੍ਰੋਸ ਕਰ ਗਿਆ ਉਹ 42 ਇੰਚ ਦੀ ਐਲਈਡੀ ਦਿੱਤੀ ਜਾਣੀ ਹੈ, 43 30 ਇੰਚ ਦੀ ਐਲਈਡੀ ਐਲਈਡੀ ਦੀ ਟੱਕਰ ਕੰਪਨੀ ਦੀ 30 ਇੰਚ ਦੀ ਐਲਈਡੀ ਦੇਖੀ ਚੌਕਾ ਤੇ ਸੱਤ ਵਾਲਾ ਤੋਂ ਦਿੱਤੀ ਜਾਣੀ ਹੈ। ਜਿਹੜੀ ਦਸ ਚਾਚਾ ਹੰਬੜ ਵਾਲਾ ਨੰਬਰ ਕਿੰਨੇ ਕਿੰਨੇ ਹੋ ਗਏ ਹੈ, ਕਮੈਂਟ ਤੋਂ ਆਣ ਦੇ ਵਾਧੂ ਜੀ ਜਿਹੜੀ ਟੀਮ ਉੱਤੇ ਪਤਾ ਲੱਗ ਗਿਆ ਨਾ, ਵੈਸੇ ਜਿਹੜੀ ਜਾਣਕਾਰੀ ਲਈ ਫੇਰ ਦੱਸਦਾ ਜਿਹੜੀ ਟੀਮ ਹੈ ਜ਼ਿਲ੍ਹੇ ਫਿਰੋਜ਼ਪੁਰ ਦੀ। ਹਾਂਜੀ ਹਾਂਜੀ ਬਾਈ ਮੋਨੂ ਬਾਈ ਗੁੱਡ ਹੈ ਗੁੱਡ ਜੀ। ਸ਼ਹਿਰ ਜਿਹੜੀ ਟੀਮ ਹੈ ਉਹ ਹਰਿਆਣੇ ਦੀ ਖੇਡ ਰਹੀ ਹੈ, ਬੜਾ ਧੰਨਵਾਦ ਹੈ। ਅੱਜ ਦੇ ਬਾਬੇ ਵੀ ਕਹਿੰਦੇ ਜਦੋਂ ਕੋਈ ਵਧੀਆ ਜੀ ਪਾਪ ਲੱਗਦੀ 8 ਹੋ ਗਿਆ ਬਾਈ 8 ਹੋ ਗਏ 80 ਜਿਹੜੇ ਵੀ ਜਵਾਨੀ ਹੈ ਸਿੱਧੂ ਨੰਬਰ ਜੁੜ ਗਿਆ ਬਾਈ 8ਵਾਂ ਭੱਜੀ ਜਾਂਦੀ ਕਾਬੇ ਸੀ ਕਿੱਕਰ ਤੇ ਲਾਈ ਸੀ ਪਰ ਹੁਣ ਸਾਡੇ ਲਹਿੰਦਾ ਨੀ ਬੇਰ ਦੀ ਜਵਾਨੀ ਏ ਇੱਕ ਵਾਰੀ ਆ ਜਾ ਮੁੜ ਫੇਰ ਨੀ ਜਵਾਨੀ ਏ ਇੱਕ ਵਾਰੀ ਆ ਜਾ ਮੁੜ ਫੇਰ ਨੀ ਜਵਾਨੀ ਏ ਆਓ ਜਵਾਨੀ ਬੇਦੀ ਚਾਓ 08 ਚੇਂਜ ਬਾਈ ਕਹਿੰਦਾ ਜਿਹੜਾ ਖੜਾਈ ਪਹਿਲਾ ਸੱਤ ਵਾਲਾ ਕ੍ਰੋਸ ਕਰ ਗਿਆ ਹੈ 32 ਇੰਚ ਦੀ ਐਲਈਡੀ ਦੇ ਨਾਲ ਮਾਨ ਸਨਮਾਨ ਹੋਣਗੇ ਉਹ 32 ਇੰਚ ਦੀ ਐਲਈਡੀ ਦਿੱਤੀ ਜਾਣੀ ਹੈ। ਐਲਈਡੀਆਂ ਦੇ ਸੇਵੀਆਂ ਕਹਿੰਦੇ ਟੀਵੀਆਂ ਦਾ ਜਵਾਨਾ ਸੀ ਜਵਾਨਾ ਕਹਿੰਦੇ ਸਮੇਂ ਦਾ ਮਾਡਲ ਹੋ ਗਿਆ ਹੈ ਲਓ ਸੱਤਵਾਂ ਦਾ ਮੁੰਡਾ ਬਿੱਕੀ ਤਿਆਰ ਕਰ ਲਾ ਲਓ ਕਰੀ ਗੱਲ ਆਓ ਕਹਿੰਦੇ ਮੁੰਡਾ ਕਹਿੰਦੇ ਸੱਤਵਾਂ ਦਾ ਮੇਰੇ ਮਿੱਤਰੋ ਸਾਹਮਣੇ ਤਿਆਰ ਬਾਰ ਤਿਆਰ ਹੈ ਇੱਕ ਦਿਨ ਮੈਂ ਗੱਲ ਦੱਸ ਦੇਣਾ ਸੋਹਣਿਆ ਵੀਰਾ ਸ਼ਹੀਦ ਭਗਤ ਸਿੰਘ ਦਾ ਕੋਟ ਵੀ ਸੰਧੂ ਸੀ ਨੌਜਵਾਨ ਜਿਹਦੀ ਯਾਦ ਦੇ ਵਿੱਚ ਅੱਜ ਪੱਟਾ ਮੇਲਾ ਕਰਵਾਇਆ ਜਾ ਰਿਹਾ ਹੈ ਔਰ ਜਿੰਨਾ ਚਿਰ ਦੁਨੀਆ ਰਹਿਣੀ ਹੈ ਤੇ ਉਹ ਮਹਾਨ ਸੂਰਬੀਰ ਯੋਧੇ ਦਾ ਨਾਂ ਜਿਹੜਾ ਲੋਕੀ ਆਪਣੀ ਜਵਾਨੀ ਲੈਂਦੇ ਰਹਿਣੇ ਹੈ ਵੀ ਸ਼ਹੀਦ ਭਗਤ ਸਿੰਘ ਉਹਨਾਂ ਦਾ ਕੋਟ ਵੀ ਮੇਰੇ ਮਿੱਤਰੋ ਸੰਧੂ ਸੀ ਰਾਜਗੁਰੂ ਸੁਖਦੇਵ ਉਹਨਾਂ ਦੀ ਯਾਦ ਦੇ ਵਿੱਚ ਉਹ ਪੱਟਾ ਮੇਲਾ ਵੀ ਸਾਡੇ ਕਰਵਾਇਆ ਜਾ ਰਿਹਾ ਹੈ ਪਹਿਲਾ ਨੰਬਰ ਜੁੜ ਗਿਆ ਬਾਈ ਪਹਿਲਾ ਨੰਬਰ ਜੁੜ ਗਿਆ ਰੋਕੀ ਚੈੱਕ ਨਹੀਂ ਭਰਾ ਸਕਦਾ ਸ਼ਿਕਾਰ ਨੈਟ ਵਾਲੋਂ ਵੀ ਲਾਈਵ ਜੁੜਿਆ ਹੋਇਆ ਹੈ ਟੈਂਟੋ ਤੋਂ ਬਹੁਤ ਵੱਡੀ ਗੱਲਬਾਤ ਹੈ ਢਿੱਲੋਂ ਵੀ ਹੈ ਤੇ ਗੱਲ ਵੱਡੀ ਹੈ ਰਾਜਗੁਰੂ ਸੁਖਦੇਵ ਸਰਾਭੇ ਦਾ ਕੀ ਕਹਿਣਾ ਹੈ ਭਗਤ ਸਿੰਘ ਨੇ ਲੋਕੇ ਸਵਾ 30 ਸਾਲ ਦੇ ਰਹਿਣਾ ਹੈ ਭਗਤ ਸਿੰਘ ਨੇ ਲੋਕੇ ਸਵਾ 30 ਸਾਲ ਦੇ ਰਹਿਣਾ ਹੈ ਅੱਜ 23 ਮਾਰਚ ਹੈ ਪੰਜਾਬ ਦੇ ਲਈ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਦਾ ਆਪਾਂ ਯਾਰ ਜੋ ਕੁਛ ਵੀ ਆ ਉਹਨਾਂ ਸੂਰਬੀਰ ਯੋਧਾ ਦੇ ਕਰਕੇ ਇੱਥੇ ਆਪਾਂ ਆਜ਼ਾਦ ਨਹੀਂ ਤੇ ਗੁਲਾਮੀ ਦੇ ਵਿੱਚ ਰਹਿਣਾ ਸੀ ਇੱਕ ਜਕਾਰਾ ਲਾਵਾਂਗੇ ਬਾਈ ਉਹਨਾਂ ਸ਼ਹੀਦਾਂ ਦੇ ਨਾਂ ਤੇ ਮੇਰੀ ਬੇਨਤੀ ਆ ਵੀ ਸਾਰੇ ਵੀਰਾਂ ਨੇ ਔਰ ਜਵਾਬ ਖਾਤੇ ਦੇ ਵਿੱਚ ਦੇਣਾ ਬੋਲੇ ਉਧਰ ਸਾਡੇ ਪ੍ਰਦੀਪ ਭਲਵਾਨ ਜੀ ਬੜਾ ਪਿਆਰ ਹੈ ਗਗਨ ਬਾਈ ਦੇ ਨਾਲ ਅੱਜ ਬੰਦੀ ਹਾਜ਼ਰੀ ਹੈ ਪ੍ਰਦੀਪ ਭਲਵਾਨ ਪੁੱਜਿਆ ਹੋਇਆ ਉਧਰ ਪ੍ਰਦੀਪ ਭਲਵਾਨ ਦਾ ਧੰਨਵਾਦ ਹੈ ਜਿਹੜੇ ਭਲਵਾਨਾਂ ਕਦੀ ਦੇਖੀ ਦਾ ਜੇ ਕੰਨ ਦਿੱਤੇ ਹੁੰਦੇ ਹੈ ਉੱਥੋਂ ਪਤਾ ਲੱਗ ਜਾਂਦਾ ਵੀ ਬੰਦੀ ਮਿਹਨਤ ਕੀਤੀ ਹੈ
ਬੰਦਾ ਨਾਮ ਹੈ ਪ੍ਰਦੀਪ ਭਲਵਾਨ ਆਇਆ। ਬਾਕੀ ਸਾਰੇ ਭਲਵਾਨ ਵੀਰਾਂ ਦਾ ਬਹੁਤ ਬੜਾ ਧੰਨਵਾਦ ਅਗਰ ਭਾਈ ਅੰਮ੍ਰਿਤਪਾਲ ਭਰਾ ਸਰ ਉਹਦੇ ਅੰਮ੍ਰਿਤ ਬਰਾੜ ਯੂਐਸਏ ਉਹ ਵੀ ਲਾਈਵ ਜਿਹੜਾ ਆਇਆ ਤੇ ਨਾਲ ਭਾਈ ਜਗਦੀਪ ਮੱਲਾ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਚੇਂਜ ਹੈ ਭਾਈ 8-1 ਚੇਂਜ ਤੇ ਗੱਲਾਂ ਹੋਣਗੀਆਂ ਹੋ ਗੱਲਾਂ ਹੋਣਗੀਆਂ ਕੱਪ ਪੈਰਾਂ ਕੋਲ ਭਾਗੋ ਮਾਇਦੇ ਦਾ ਚੱਲਦਾ ਉਧਰ ਜਗਦੀਪ ਭਾਈ ਸੱਪਣ ਵਾਲੀ ਆ ਨਾਲ ਕਹਿੰਦੇ ਪਹਿਲੇ ਦੇ ਪ੍ਰਦੀਪ ਵਰਗੇ ਜਿਹੜੇ ਹੋਏ ਆ ਸਾਥੋ ਵਾਲੀ ਆ ਕਿੰਨ ਵੀ ਦੇਖਦਾ ਜਗਦੇਵ ਢਿੱਲੋਂ ਕਨੇਡਾ ਪਾਲਾ ਮਲੂਕਾ ਯਾਦੀ ਕਲਾਰ ਵਰਗੇ ਸਾਰੇ ਭਰਾ ਕਹਿੰਦੇ ਲੈਣ ਜਿਹੜੇ ਹੋਏ ਆ ਜਗਪਾਲ ਸੰਘੂੜਾ ਗੱਲੀ ਟੋਣੀਆਂ ਜਗਰਾਜ ਵਰਗੇ ਬੈਂਚਾਂ ਦਾ ਨੰਦ ਮਾਰਦੇ ਆ ਕੋਕਰੀ ਵਾਲਾ ਅੰਨਾ ਸਰਪੰਚ ਦੀਪ ਜਗੱਤਾ ਬਬਲੇ ਗੋਟਰ ਵਰਗੇ ਧੋਤੀ ਵਰਗੇ ਇੰਦਰਜੀਤ ਵਰਗੇ ਯਾਦੂ ਵਰਗੇ ਰਦੀਪ ਵਰਗੇ ਸਾਰੇ ਭਰਾ ਮੈਲ ਜਿਹੜੇ ਹੋਏ ਆ ਵੱਡਾ ਧੰਨਵਾਦ ਹੈ ਤੇ ਨਾਲ ਕਹਿੰਦੇ ਮਿੰਟਾ ਗੌਰ ਕਰੀਆ ਉਹ ਵੀ ਭਰਾ ਜੀ ਹਿੱਸੇ ਤੇ ਲੈ ਜਿਲਿਆ ਰਾਜਨ ਜੱਟ ਦੇ ਨਾਲ ਕਹਿੰਦੇ ਬੜਾ ਪਿਆਰ ਹੈ ਨਾਲ ਸਾਡਾ ਜੀਵਨ ਹੈ ਕਨੇਡਾ ਹਰ ਪਿੰਡ ਤੇ ਜੀਵਨ ਕਨੇਡਾ ਦੇ ਬੰਦੇ ਜਿਹੜੇ ਅੱਜ ਕੋਲਟ ਦਿੱਤੇ ਜਾਂਦੇ ਹੈ ਬਈ ਸਾਹ ਮਾਰ ਕੇ ਦਿਲੋਂ ਪੈਰ ਕੱਟ ਕੇ ਚੰਡੀਗੜ੍ਹ ਝੀਲ ਦੀ ਕਰਾ ਦੂ ਤੈਨੂੰ ਸੈਰ ਆਜੀ ਟੈਮ ਕੱਢ ਕੇ ਆਓ ਚੰਡੀਗੜ੍ਹ ਝੀਲ ਦੀ ਕਰਾ ਦੂ ਤੈਨੂੰ ਸੈਰ ਤੇ ਆਜੀ ਟੈਮ ਕੱਢ ਕੇ ਹੌਸਲੇ ਫੁੱਲਟਾ ਦੇ ਮੇਰੇ ਮਿੱਤਰੋ ਹਰ ਚਰਚੇ ਕਹਿੰਦੇ ਫੱਟੇ ਆ ਪਰ ਆ ਮਣੀਆਂ ਪਾਸੀਆਂ ਵੇਖਣ ਇਹਦਾ ਮਾਨ ਵੀ ਪੌਦਿਆਂ ਦੇ ਕੱਪ ਦੇ ਮਿੱਤਰਾ ਜਿਹੜਾ ਬੁਲਟ ਦੇ ਨਾਲ ਹੋਇਆ ਬੱਲੀ ਪੂਣੀਆਂ ਵੱਲੋਂ ਤੇ ਭਾਈ ਸਾਡਾ ਜੱਸੀ ਵੀ ਪੂਜਾ ਹੋਇਆ ਖੇਡ ਵਾਲੀਬਾਲ ਦੀ ਐਟਮ ਦੇ ਨਾਂ ਦੇ ਨਾਲ ਉਹ ਲੋਕਾਂ ਨੇ ਜਾਣਿਆ ਮੇਰੇ ਮਿੱਤਰੋ ਅੱਜ ਵੱਡਾ ਕੱਪ ਹੈ ਉਹ ਵੱਡਾ ਕਹਿੰਦੇ ਮੇਰੇ ਮਿੱਤਰੋ ਮੁੰਡਿਆਂ ਦੇ ਪ੍ਰਬੰਧ ਕੀਤੇ ਹੋਏ ਹੈ ਵੱਡੇ ਰਿਕਾਰਡ ਬਣ ਗਏ ਤੇ ਬੈਸਟਾਂ ਦੇ ਲਈ ਤੁੱਕ ਤੁੱਕ ਬੈਸਟਾਂ ਦੇ ਲਈ ਕਹਿੰਦੇ ਬੁਲਟ ਬੁਲਟ ਦਿੱਤੇ ਜਾਣਗੇ ਮੈਚ ਬੜਾ ਤਕੜਾ ਬਿੱਦੀ ਚੌਕ ਵਾਜਰਿਆਂ ਨੇ ਕਾਹਲੀ ਸਕੀਮ ਲਾਈ ਹੈ ਪਾਸ ਬਹੁਤ ਔਖੀ ਹੋਣੀ ਹੈ ਸੱਤ ਬਾਲਾਂ ਤੇ ਜੱਸੀ ਜੀ ਉਧਰ ਕਹਿੰਦੇ ਅਰਸ਼ ਜਲੂਰ ਕਨੇਡਾ ਜਾਵੇ 3-8 ਹੋ ਗਿਆ ਬਾਈ 3-8 ਯਾਦ ਕਰਦੇ ਪੈਰੋਂ ਪਰ 3-8 ਨੰਬਰ ਹੋ ਗਿਆ ਬਾਈ ਆ ਗਈ ਜਨੇਦ ਪ੍ਰਿਆ ਰਜੀਤ ਉਹ ਟੀਮ ਦੇ ਲਈ ਖੇਡੇ ਸੀ ਤੇ ਵਾਪਸੀ ਕਰ ਰਹੀ ਆ ਬਾਈ ਪੁਨਿਆਰੀ ਦੀ ਟੀਮ ਯੋਵਾ ਦਾ ਮੁੰਡਾ ਤੇ ਗੌਰਵ ਗਿੱਲ ਅੱਜ ਗੌਰਵ ਗਿੱਲ ਵੀ ਰਾਜਨ ਕਨੇਡਾ ਜਾ ਰਹੇ ਹੈ ਕਾਫੀ ਖਿਡਾਰੀ ਕਨੇਡਾ ਪੁੱਜ ਗਏ ਹੈ ਅੱਜ ਉਹਨਾਂ ਖਿਡਾਰੀਆਂ ਨੂੰ ਮਿਸ ਕੀਤਾ ਜਾ ਰਿਹਾ ਹੈ ਗੱਲ ਤੇ ਕਹਿੰਦੇ ਸਮੇਂ ਦੀ ਹੁੰਦੀ ਹੈ ਟਾਈਮ ਦੀ ਹੁੰਦੀ ਹੈ ਜੋਰ ਦੀ ਗੱਲ ਹੈ ਜੇ ਵਾਧੇ ਦੀ ਗੱਲ ਹੈ ਦੱਸ ਦੀ ਕਿਹੜੀ ਗੱਲ ਹੈ ਹਰ ਇੱਕ ਮਸਲੇ ਦਾ ਦਲਾਲ ਹੱਲ ਹੈ ਉਹ ਬਾਕੀ ਕਹਿੰਦੇ ਹਰ ਇੱਕ ਮਸਲੇ ਦਾ ਹੱਲ ਹੈ ਬਸ ਇੱਕ ਚੀਜ਼ ਦਾ ਹੱਲ ਨਹੀਂ ਬੋਟਿਆ ਤੇ ਜਦੋਂ ਚਾਰ ਭੈਣ ਭਰਾ ਉਹ ਬੰਦੇ ਨੂੰ ਕੰਧਿਆਂ ਦੇ ਉੱਤੇ ਚੱਕ ਲੈਂਦੇ ਤੇ ਉਦੋਂ ਹੱਥ ਖੜੇ ਹੋ ਜਾਂਦੇ ਆ ਤੇ ਨਹੀਂ ਤੇ ਹਰ ਇੱਕ ਚੀਜ਼ ਦਾ ਹੱਲ ਅੰਦ ਹੋ ਜਾਂਦਾ ਪਰ ਇੱਧਰ ਮੈਚ ਬੜਾ ਟਾਪ ਦਾ ਵੀ ਚੜ ਜਾਵੇ ਖੁੱਟੀ ਤੇ ਬਹੁਤੀ ਹਵਾ ਨਹੀਂ ਕਰੀਦੀ ਅੱਗੇ ਹੰਕਾਰ ਵਿੱਚ ਤੇ ਕਦੇ ਗੱਲ ਨਹੀਂ ਕਰੀਦੀ ਉਹਦੇ ਰੰਗਾਂ ਦਾ ਉਹ ਕੁਝ ਪਤਾ ਲੱਗੇਗਾ ਤੇ ਕਈ ਵਾਰੀ ਡਾਢੇ ਦੁੱਖ ਪੈਂਦੇ ਜਰਨੇ ਕਰਦਾ ਏ ਮਾਣ ਦੱਸ ਉਹ ਕਿਹੜੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਨੇ ਕਰਦੇ ਕਈ ਵਾਰੀ ਸਮਾਂ ਐਸਾ ਜਾਂਦਾ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਹੈ ਮਾੜੇ ਸਮੇਂ ਦੀ ਗੱਲ ਹੈ
ਬਾਰੇ ਸਮੇਂ ਕਹਿੰਦੇ ਆਪਣਿਆਂ ਦਾ ਪਤਾ ਲੱਗ ਜਾਂਦਾ ਵੀ ਕਿਹੜੇ ਨਾਲ ਖੜਦੇ ਹੈ ਤੇ ਕਿਹੜੇ ਭੱਜਦੇ ਹੈ। ਦੂਜਿਆਂ ਦੇ ਨੱਚਣ ਵਾਲੇ ਦੇ ਬਹੁਤ ਹੁੰਦੇ ਹੈ ਪਰ ਬਾਰੇ ਸਮੇਂ ਦੇ ਵਿੱਚ ਪਤਾ ਲੱਗਦਾ ਹੈ। ਬਾਰਾ ਸਮਾਂ ਕਹਿੰਦੇ ਅਸਲੇ ਪਰਮ ਕਰਾਉਂਦਾ ਬੰਦੇ ਦੀ ਕਿਹੜੇ ਭੱਜਦੇ ਹੈ ਬਾਰੇ ਸਮੇਂ ਦੇ ਵਿੱਚ ਕਹਿੰਦੇ ਕਰ ਲੈਂਦੇ ਹੈ। ਗੱਲ ਸਮੇਂ ਦੀ ਹੈ ਬਾਰਾ ਸਮਾਂ ਨਾ ਪਹੁੰਚ ਜਾਵੇ ਇਹ ਗੱਲ ਪੱਕੀ ਹੈ। ਪਰ ਇੱਕ ਗੱਲ ਮੈਂ ਵੇਖੀ ਆ ਵੀ ਰਿਹਾ ਵੀ ਜਦੋਂ ਜਦੋਂ ਵੀ ਕਿਸੇ ਵਾਲੀਬਾਲ ਦੇ ਪਲੇਅਰ ਤੇ ਕਿਸੇ ਵਾਲੀਬਾਲ ਦੇ ਲਾਈਵ ਵਾਲੇ ਤੇ ਕਿਸੇ ਵਾਲੀਬਾਲ ਦੇ ਫਲਾਏ ਤੇ ਕਦੇ ਵੀ ਭੀੜ ਪਈ ਆ ਤੇ ਢਿੱਲੋਂ ਇੱਕ ਗੱਲ ਪੱਕੀ ਆ ਵੀ ਵਾਲੀਬਾਲ ਪਰਿਵਾਰ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ। ਇੱਕ ਵਾਰੀ ਇਹ ਤਾੜੀ ਵਾਲੀਬਾਲ ਦੇ ਨਹੀਂ ਮਾਰ ਦਿਓ ਮੇਰੀ ਬੇਨਤੀ ਹੈ ਮੇਰੇ ਵੀਰਾਂ ਨੂੰ। ਔਰ ਇੱਕ ਤਾੜੀ ਜਿਹੜੀ ਹਾਂ ਇੱਕ ਤਾੜੀ ਵਾਲੀਬਾਲ ਨਹੀਂ ਮਾਰ ਦਿਓ ਬੜਾ ਪਿਆਰ ਕਰਦੀ ਹੈ ਦੁਨੀਆ ਬੜੀ ਹਰਮਨ ਪਿਆਰੀ ਖੇਡ ਹੈ। ਪੈਸੇ ਦੀ ਹੈ ਬੜਾ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਹੈ। ਮੈਂ ਵੀ ਨੰਬਰ 10 ਬੋਲ ਦੇਣਾ ਕਿੰਨੇ ਕਿੰਨੇ ਹੋ ਗਏ 9-3 ਨੰਬਰ ਹੈ। ਇਹਨੂੰ ਲੱਗਦਾ ਵੀ ਜੱਟਵੇਂ ਵਾਲੇ ਕੋਈ ਨੀ ਬੋਲਤਾ ਦੇ ਜਿਹੜੇ ਹੋਏ ਹੈ ਗੱਲਾਂ ਬਰਾਬਰੀ ਜੀਤੇ ਹੈ ਬਰਾਬਰੀ ਜੀਤੇ ਹੈ। ਮੈਚ ਮੇਰੇ ਮਿੱਤਰੋਂ ਬੜਾ ਟਾਪ ਦਾ ਖੇਡਿਆ ਜਾ ਰਿਹਾ ਬਾਕੀ ਕਾਪੀ ਨੇ ਲੇਕੇ ਜੋ ਕੇ ਕਰਦੇ ਹੈ। ਇਹਨੇ ਸਿੱਧੂ ਬਿੱਦੀ ਚੌਂਕ ਵਾਜੇ ਵਾਲਾ ਕਹਿੰਦਾ ਐਲਈਡੀ ਦੇ ਦਿਆਂਗੇ ਤੂੰ ਜਿੱਤ ਸਕਦਾ ਹੈ। 4 ਹੋ ਗਈਆਂ 5-6 ਬੂਟਿਆ ਦੁੱਗ ਕਰੀ ਆਉਂਦਾ ਉਧਰ ਛੋਟੀ ਨਗਰ ਤੋਂ ਭਰਾ ਸਾਡੇ ਉਹ ਵੀ ਪੁੱਜੇ ਹੋਏ ਫਰੋਸ਼ਾ ਦੀ ਟੀਮ ਦੀ ਵੱਡੀ ਸਪੋਰਟ ਦੇ ਵਿੱਚ ਬਾਈ ਬੱਬੂ ਹੋਣੀ ਬਾਈ ਵਿਕਾਸ ਹੋਣੀ ਤੇ ਨਾਲ ਭਰਾ ਸਾਡਾ ਕਵੀ ਹੋਣੀ ਵੀਰ ਤੈਨੂੰ ਪੁੱਜਿਆ ਬਹੁਤ ਬੜਾ ਧੰਨਵਾਦ ਹੈ। ਛੋਟੀ ਨਗਰ ਤੋਂ ਸਾਡੇ ਭਰਾ ਪੁੱਜੇ ਹੋਏ ਹੈ ਸਾਡਾ ਧੰਨਵਾਦ ਹੈ। ਨਵੀਂ ਜਿੰਨੇ ਬਾਈ ਟੱਪਾ ਪੈ ਗਿਆ 90 ਦਾ ਆਪਾਂ 500 ਲਾਇਆ ਸੀ ਤੇ 500 ਬਾਅਦ ਜੇ ਪਹੁੰਚਿਆ ਕਰਦੀ ਉਹ ਲਿਖਲੀਆਂ ਦੇ ਕੋਲੇ ਜੋਗਿੰਦਰ ਬਰਾੜ ਯੂਐਸਏ ਉਹ ਵੀ ਲਾਈਵ ਜੁੜਿਆ ਖੇੜੀ ਵਾਲਾ ਪੀਤਾ ਵੀ ਲਾਈਵ ਜੁੜਿਆ ਹੋਇਆ ਸਾਰੇ ਅੱਖ ਦੇ ਸਬੰਧ ਮੁੰਡਾ ਪੀਤੇ ਨੂੰ ਹੱਸ ਦਿੰਦਾ ਟਾਲ ਨਾ ਖੜੋ ਸਭ ਖੇਡਾਂ ਦਾ ਕਰੇਜ ਫਿੱਕਾ ਪੈ ਜੂਗਾ। ਹੋ ਦੇਖੋ ਕਿਤੇ ਬਾਲੀ ਟਾਲ ਨਾ ਖੜੋ ਉਧਰ ਕਹਿੰਦੇ ਆਓ ਜਿਹੜਾ ਖੇਡ ਰਿਹਾ ਚੜਾਈ ਅੱਜ ਕੱਲ ਆਓ ਜਿਹਦੀ ਵੀ ਪਾਲੀ ਹੈ ਉਹ ਜਿਹੜਾ ਖੇਡ ਰਿਹਾ ਫਰਕ ਪਤਾ ਪੈ ਗਿਆ ਗੱਲਾਂ ਬੋਲ ਟਾਉਂਦੀਆਂ ਉਹ ਗੱਲਾਂ ਦੇ ਟੁੱਕ 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 ਦੀ ਹਾਂ ਉਹ ਗੱਲਾਂ ਤੇ ਟੁੱਕ ਟੁੱਕ ਦੀ ਹਾਂ ਉਹ ਪਾਸੀਆਂ ਵਾਲਾ ਵੀ ਬੋਲ ਤੋਂ ਦਿੱਤੋਂ ਤੋਂ ਫਿਰਦਾ ਹੈ ਰਾਜਪਾਲ ਵੀ ਕਹਿੰਦੇ ਬੋਲਟਾਂ ਦੀ ਲੈਣ ਦੇ ਵਿੱਚ ਹੈ ਪਰ ਬੋਲਟ ਕਿੱਧਰ ਨੂੰ ਜਾਣਗੇ ਇਹਦੇ ਕਹਿੰਦੇ ਕਾਪੀ ਦੱਸੂ ਇਹਦੇ ਕਲਮ ਦੱਸੂ ਇਹਦੇ ਸਮਾਂ ਦੱਸੂ ਇਹਦੇ ਕਹਿੰਦੇ ਸਮਾਂ ਦੱਸੂ ਵੀ ਸਮਾਂ ਬਲਵਾਨ
ਸਮਾਪਤ ਹਨ ਤੇ ਉਤਾਰ ਸਮੇਂ ਦੀ ਨਬਜ ਫੜੋ। ਇਹ ਗੱਲ ਜਿਹੜੀ ਪੱਕੀ ਹੈ ਵੀ ਸਮਾਂ ਹਸਾਉਂਦਾ ਸਮਾਂ ਰਵਾਉਂਦਾ ਤੇ ਭੇਤ ਸਮੇਂ ਦਾ ਅੰਤ ਨਾ ਪਾਉਂਦਾ ਰਾਜੇ ਖੱਲੇ ਉਹ ਤੁਰਨਾ ਪੈਂਦਾ ਤੇ ਅੰਤ ਸਮਾਂ ਜਦ ਸੁਰਦੇ ਆਉਂਦਾ ਜਨਾਨੀਆਂ ਦਾ ਪਾਪੀ ਬੰਦੇ ਨੂੰ ਲਾਭ ਤਾਂ ਜਗ ਦਿੰਦਾ ਲੋਕ ਕਰਦੇ ਨੇ ਮਾਣ ਭਗਤਾਂ ਤੇ ਦਾਦੀਆਂ ਦਾ ਹੱਦ ਤੋਂ ਵੱਧ ਬੰਦਾ ਗਰੀਬ ਪਾਣਾ ਬਹੁਤਾ ਪੈਸਾ ਦੀ ਲੋੜ ਹੈ ਪਰੇਸ਼ਾਨੀਆਂ ਦਾ ਰਾਜ ਲਹਿੜੀ ਵਾਲਾ ਸੱਜ ਕੇ ਆਏ ਸਾਰੇ ਆਪਣੇ ਮਾਣ ਦਾ ਨਿੱਗ ਜਵਾਨੀਆਂ ਦਾ ਜਵਾਨੀ ਦਾ ਨਿੱਗ ਹੈ ਜਵਾਨੀ ਦੀ ਬਹਾਰ ਹੈ ਆਓ ਸਾਹਮਣੇ ਬਿੰਦੀ ਚੌ ਬਾਜਣੇ ਵਾਲਾ ਇਹ ਵੀ ਬਿੰਦੀ ਆਓ ਤੇਰੀ ਲੜੀ ਨੇ ਬੜਾ ਮੁਸਕਰਾ ਦੇਣਾ ਆਓ ਮੈਨੂੰ ਲੱਗਦਾ ਜ਼ੋਰ ਲੱਗਦਾ ਆਓ ਮੈਨੂੰ ਲੱਗਦਾ ਵੀ ਤੇਰੀ ਲੜੀ ਕਿਸੇ ਦਾ ਡੋਲੂ ਮਜਬੂ ਇਹ ਗੱਲ ਪੱਕੀ ਹੈ ਵੀ ਤੇਰੀ ਲੜੀ ਪਿੰਦਰਾ ਫੜਨੀ ਪਾਇਆ ਨਾਲ ਹੀ ਖੰਜਰ ਵਾਲੀਆ ਕਾਲਾ ਵੀ ਦੇਖਦਾ ਹੋਣਾ ਇਹ ਸਾਡੇ ਵਾਲਾ ਤੇ ਧੜਾਕੇ ਪਈ ਜਾਂਦਾ ਆਓ ਗੱਲਾਂ ਫਿਰ ਮੈਦਾਨ ਦੇ ਵਿੱਚ ਭਾਈ ਯਾਰ ਰੂਸ ਆਪਣੇ ਕਾਫੀ ਵਾਰ ਮੰਗੀ ਹੈ ਮੇਰਾ ਵੀਰ ਕਰੋ ਪਹੁੰਚਦੀ ਜਾਣ ਮੇਰਾ ਭਰਾ ਬਣ ਕੇ ਲੇਕਿਨ ਇਹਦੇ ਬੱਸ ਦੇ ਵਿੱਚ ਦੇਖਿਓ ਹੈ ਨੀ ਹੈ ਨੀ ਜੀ ਮੂਲ ਹੈ ਖਤਮ ਹੋ ਗਈ ਹੈ ਮੂਲ ਪਾਣੀ ਵਾਲਾ ਵੀਰ ਵੀ ਪਾਣੀ ਪਹੁੰਚਦਾ ਕਰੇ ਗਰਾਈ ਪਾਣੀ ਗੱਡੀ ਚ ਪਈ ਹੈ ਪਾਣਾ ਗੱਡੀ ਚ ਲਿਆਵੇ ਮੈਂ ਉੱਤੇ ਪਰ ਪਾਣਾ ਆਪ ਨਹੀਂ ਲੱਭਣਾ ਅਗਲੇ ਕਿੱਥੇ ਹੋਣਾ ਲੰਗਰ ਚ ਗੁਰਲਾਲ ਤਾਂ ਬਸ ਹੈਗਾ ਕੰਮ ਜ਼ਰੂਰੀ ਲਓ ਸਾਹਮਣੇ ਮੈਚ ਬੜੇ ਟੌਪ ਦੇ ਖੇਡੇ ਜਾ ਰਹੇ ਨੇ ਨਜ਼ਰ ਹਰ ਚੱਲਦੇ ਖੇਡੇ ਹੋਣਗੇ ਮੈਨੂੰ ਤਾਂ ਵੀ ਦੋ ਬਹੁਤ ਤਿੰਨ ਚਾਰ ਵਾਹ ਲੈਣੇ ਬਾਲ ਕਰੇਗੀ ਮੇਰੇ ਖਿਆਲ ਦੇ ਵਿੱਚ ਐਲਡੀਆਂ ਕੋਲੋਂ ਮੁੜ ਗਈ ਹੈ ਸਾਨੂੰ ਦੇ ਘਰ ਹੋ ਕੇ ਮੁੜ ਗਈ ਹੈ ਐਲਡੀ ਸੱਤਾਂ ਤੇ ਹੈ ਛੇ ਹੋ ਗਈਆਂ ਸੀ ਮੇਰੇ ਖਿਆਲ ਦੇ ਵਿੱਚ ਸਾਲੂ 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 ਭੰਡਾਰੀ ਵਾਲੇ ਦੇ ਲਈ ਆ ਗਿਆ ਵੱਡਾ ਮੈਚ ਕਿਹੜ ਮੈਦਾਨ ਦੇ ਵਿੱਚ ਹੈ ਅਗਲੇ ਸਰਵੇ ਕਹਿੰਦੇ ਫੇਰ ਕਰ ਦਿੱਤੀ ਖੇਡ ਮੈਦਾਨ ਦੇ ਵਿੱਚ ਉਹ ਪੈਂਦੇ ਧੜਾਕੇ ਖੇਡਦੇ ਕਾਕੇ ਮੇਲਾ ਕਹਿੰਦੇ ਬੈਰੋਪੁਰ ਚੱਲਦਾ ਹੈ ਮੇਲਾ ਮੇਰੇ ਮਿੱਤਰੋ ਬੈਰੋਪੁਰ ਦੀ ਧਰਤੀ ਤੇ ਖੇਡਿਆ ਜਾ ਰਿਹਾ ਬੈਰੋਪੁਰ ਭਾਗੋ ਬਾਜ ਦੇ ਮੁੰਡੇ ਵੇਖ ਲੋ ਵੀ ਮੁੰਡੇ ਸ਼ਬਦ ਪਟਾਉਂਦੇ ਨੇ ਦਸਾਂ ਦਸਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਤੇ ਕਰਦੇ ਗੜਗੜ ਜਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ ਰਾਜੇ ਖੇਲੇ ਸੱਚੇ ਸੱਜਣ ਆਹ ਮਿਲਦੇ ਜੱਫੀਆਂ ਹੋ 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 ਹੋ
ਆ ਫੌਲ ਹੈ, ਬਾਗੜੀ ਨੇ ਤੰਗਿਆ ਵੀ ਬਾਲ ਫੌਲ ਹੈ। ਇੱਕੋ ਜਿਹਾ ਰੰਗ ਹੋ ਜੇ ਤੁਰਕੇ ਰੁਪਈਆ ਦਾ, ਲੈਣ ਦੇਣ ਹੋ ਜੇ ਸਾਡਾ ਕਾਪੀਆਂ ਤੇ ਕਈਆਂ ਦਾ, ਵਾਲੀ ਗੱਡੀ ਵਿੱਚ ਬੈਠ ਕੇ ਨਗਾਉਂਦਾ ਕਰੀ ਕਦੇ ਮੇਲ ਪੱਲਾ ਦਿੱਲੀ ਤੇ ਲਾਹੌਰ ਦਾ। ਅੱਜ ਕਹਿੰਦੇ ਦਿੱਲੀ ਤੇ ਲਾਹੌਰ ਵਰਗਾ ਮੇਲ ਹੈ, ਕਦੀ ਪਾਵਨ ਤੇ ਪਵਿੱਤਰ ਧਰਤੀ ਗੈਰੋਪੁਰ ਭਾਗੋਗਾ ਉਹਦਾ ਦੀ। ਹਰ ਸਾਲ ਵੱਡੀਆਂ ਰੌਣਕਾਂ ਲੱਗਦੀਆਂ ਹੈ, ਸੋਹਣੀ ਮੁੰਡਾ ਕੁੜੀ ਨਾਲੋਂ ਸੋਹਣਾ ਹੈ ਕਦੇ ਲਖਵੀਰ ਬਾਈ ਹੈ ਸਾਡਾ, ਗੱਲਾਂ ਟਿਕਾਣੇ ਲਈ ਤੁਰ ਆਉਂਦਾ ਬਿਲਕੁਲ ਜੀ। ਕਹਿੰਦੇ ਉਹ ਰਾਤਾਂ ਨੂੰ ਨੀ ਸੌਂਦੇ ਜਿਹਨਾਂ ਦੀਨੇ ਅੱਗ ਲਾਉਣੀ, ਉਹ ਡਰਦੇ ਨੀ ਹੁੰਦੇ ਜਿਹਨਾਂ ਦੁਨੀਆਂ ਡਰਾਉਣੀ। ਅੱਖਾਂ ਮੂਹਰੇ ਵਾਹ ਬਈ ਸਾਲੀ, ਧਾਗੇ ਸੂਈ ਵਾਲੇ ਵਾਹ ਬਈ ਸਾਲੂ ਡਿਫੈਂਸ ਬਾਈ, ਪੈਂਦੇ ਨੇ ਐਵੇਂ ਰਹਿੰਦੇ ਲੋਕੀ ਚੰਗੇ ਜੀ ਨੂੰ ਉਡੀਕਦੇ, ਚੰਗੇ ਜੀ ਨਾਉਂਦੇ ਨੀ ਚੋਟੀ ਦੇ ਖਿਡਾਰੀ ਵੀ ਹਲਾਉਣੇ ਪੈਂਦੇ ਨੇ। ਬਹੁਤ ਵੱਡੀ ਅਣਖੱਕ ਮਿਹਨਤ ਹੈ ਇਹਨਾਂ ਖਿਡਾਰੀਆਂ ਦੀ, ਜੋ ਬਹੁਤ ਜੋਰ ਜਮਾਈ ਕਰ ਰਹੇ ਨੇ ਤੇ ਬਹੁਤ ਵਧੀਆ ਜਿਹਨਾਂ ਨੇ ਸਰੀਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਅਣਥੱਕ ਮਿਹਨਤ ਜਿਹਨਾਂ ਨੇ ਕੀਤੀ ਹੋਈ ਹੈ। ਆਓ ਬਾਕੀ ਉਹੀ ਕਹਿੰਦਾ ਗਰਾਊਂਡਾਂ ਦੇ ਵਿੱਚ ਪੂਰੀਆਂ ਪਾਉਂਦੇ ਆ, ਆਹ ਤੇ ਮੈਨੂੰ ਲੱਗਦਾ ਵੀ ਹੁਣ ਤੇ ਗੱਲਾਂ ਮੇਰੇ ਮਿੱਤਰੋਂ ਟਿਕਾਣੇ ਲੱਗਣ ਵਾਲੀਆਂ। ਜੇ ਨੰਬਰ ਚਾਰ ਬੀਬੀ ਚੌਂਕ ਆ ਗਿਆ, ਪੰਜ ਸੌ ਬਿੰਦੀ ਵੱਡੀਆਂ ਵੀ ਆ ਗਏ, ਕਹਿੰਦੀ ਹਜ਼ਾਰ ਆ ਗਿਆ, ਵੱਡਾ ਧੰਨਵਾਦ ਹੈ, ਬਹੁਤ ਸੋਹਣੇ ਮੁਕਾਬਲੇ। ਕਹਿੰਦੀ ਚਾਚਾ ਨੰਬਰ ਦੱਸ ਕਿੰਨੇ ਕਿੰਨੇ ਹੈ? ਗਿਆਰਾਂ ਚੱਕ ਮਾਫੀ ਪਿੰਡ ਦੇ ਮਣੀ ਨੂੰ ਵੀ ਬਹੁਤ ਵੱਡੀ ਮੁਬਾਰਕਬਾਦ ਹੈ। ਛੋਟੇ ਵੀਰ ਦਾ ਮਾਣ ਜਿਹੜਾ ਅਜੇ ਚਾਂਦੀ ਦੇ ਕੜੇ ਦੇ ਨਾਲ ਕੀਤਾ ਗਿਆ, ਦਿਲੋਂ ਧੰਨਵਾਦ ਆ, ਦਿਲੋਂ ਗਵਾਵਾਂ ਸਮੁੱਚੀ ਪ੍ਰਬੰਧਕੀ ਕਮੇਟੀ ਲਈ ਤੇ ਜਿਹੜੇ ਭਰਾ ਮੇਰੇ ਮਿੱਤਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਰਾਂ ਨੇ ਵੱਡੀਆਂ ਰੌਣਕਾਂ ਲਾ ਦਿੱਤੀਆਂ ਨੇ। ਮਣੀ ਕਹਿੰਦਾ ਹੁੰਦਾ ਵੀ ਅਕਸਰ ਵੀਰਿਆ ਵੀ ਇੱਕ ਸ਼ੇਰ ਜਿਹੜਾ ਜ਼ਰੂਰ ਬੋਲਦਾ ਕਰ, ਉਹ ਜੀਰਾ ਯਾਰਾ ਤੇਰੇ ਲਈ ਆ ਵੀ ਇਸ਼ਕ ਦਾ ਵੈਰੀ ਰਿਹਾ ਮੁੱਢ ਤੋਂ ਸਮਾਜ ਵੇ, ਤੇ ਸੁਣਾ ਸੁਣਾ ਲੱਗੂ ਤੈਨੂੰ ਭਾਈ ਕੇ ਸਮਾਜ ਵੇ, ਕਤਲੀ ਨੂੰ ਐਵੇਂ ਮਿਹਣੇ ਜੇ ਨਾ ਮਾਰੀ ਤੇ ਦੂਰ ਰਹਿ ਕੇ ਮੈਂ ਵੀ ਮਨ ਸਮਝਾਇਆ ਕਰੂੰਗੀ। ਹੁਣ ਤੇ ਉਹਨਾਂ ਨੂੰ ਸੁਣਿਆ ਜਿਹੜੇ ਮੁੜ ਕੇ ਨਹੀਂ ਆਉਂਦੇ, ਮੈਂ ਤੇ ਸੋਹਣਿਆ ਮਿਲਣ ਤੈਨੂੰ ਆਇਆ ਕਰੂੰਗੀ। ਭਾਗੋ ਮਾਜਰੇ ਗਰਮਪੁਰ ਵਾਲਿਆਂ ਨੇ ਵੀ ਵੱਡਾ ਮਾਣ ਕਰਨਾ ਇਸ ਵੀਰ ਦਾ, ਔਰ ਮਣੀ ਦਾ ਕਹਿੰਦੇ ਟੂਰ ਲਵਾ ਕੇ ਦੇਣਾ ਮੁੰਡਿਆਂ ਨੇ ਇੰਗਲੈਂਡ ਦਾ ਮੇਰੇ ਮਿੱਤਰੋ, ਬਹੁਤ ਵੱਡੀ ਤੇ ਬੜੀ ਖੁਸ਼ੀ ਦੀ ਗੱਲ ਹੈ। ਉਹ ਗੱਲਾਂ ਬੱਤਾਂ ਵੱਡੀਆਂ ਨੇ ਫਿਰ ਮੈਦਾਨ ਦੇ ਵਿੱਚ ਹਾਲੇ ਸ਼ੁਰੂਆਤਾਂ ਹੋਈਆਂ ਤੇ ਮਿੱਤਰਾ ਹਾਲੇ ਦੇਖੀ ਪੜਦਾ ਕੀ ਹੈ ਵੀ ਲੋਕੀ ਕਹਿੰਦੇ ਤੇ ਕਰਾਈਏ ਅਸੀਂ ਅੱਤ ਬਈ, ਕੋਈ ਸਾਡੇ ਮੂਹਰੇ ਚੱਕਦਾਰੀ ਅੱਖ ਬਈ ਤੇ ਮਿੱਟੀ ਵਿੱਚ ਰੋਲ ਦਿੰਦੇ ਆ ਜਿਹੜੇ ਤੁਰਦੇ ਨੇ ਡਿੱਗਾ ਤਰ ਤਰ ਕੇ ਬਹੁਤ ਤੇਜ ਨੇ। ਚੱਲ ਬਈ ਅਲੜੀ ਸਾ
ਸ਼ਾਲੂ ਬਣਿਆਰੀ ਬਾਈ ਐਲਈਡੀ ਜਿੱਤ ਗਿਆ ਬਾਈ ਸ਼ਾਲੂ ਬਣਿਆਰੀ ਵਾਹ ਬਾਈ ਵਾਹ ਬਣਿਆਰੀ ਵਾਲਾ ਜਿੱਤ ਗਿਆ ਬਾਈ ਕਹਿੰਦੇ ਨਾਲ ਦੇ ਨਾਲ ਨਾਲ ਦੇ ਨਾਲ ਦੇਣੀ ਆ ਬਾਈ ਸਾਲੂ ਨੇ ਸੱਤ ਬਾਲ ਕ੍ਰੋਸ ਕਰਤੀਆਂ ਸੱਤ ਬਾਲ ਤੇ ਐਲਈਡੀ ਸੀ ਬਾਈ ਨਾਲ ਦੇ ਨਾਲ ਦੇਤੀ ਮਾਣ ਮੁੰਡਿਆਂ ਨੇ ਆ ਤੇ ਕਮਾਲ ਹੀ ਕਰ ਦਿੱਤੀ ਹੈ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਕੱਤਰ ਕਹਿੰਦੇ ਕਰੀ ਗਿਆਨਦਾਰ ਹੈ ਸਿਆਣੇ ਗੱਲਾਂ ਸੱਚੀਆਂ ਖਾਧੀਆਂ 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 ਪਟਾਕਾ ਕਮਾਉਣੀਆਂ ਇਹ ਗੱਲ ਪੱਕੀ ਹੈ ਆਓ ਸਿੱਧੂ ਕਰ ਕੋਈ ਵੱਖਰੀ ਜੀ ਗੱਲ ਵੀ ਰਿਹਾ ਲੋਕੀ ਤੇਰੇ ਵੀ ਫੈਨ ਹੈ ਆ ਕਹਿੰਦਾ ਚੰਦਬਾਜੇ ਦੀ ਧਰਤੀ ਦਾ ਇਹਦਾ ਮਾਣ ਨੀ ਕੋਠੇ ਗੁਰੂ ਦੇ ਲੈ ਲੈਂਦੇ ਗਲਤੀਆਂ ਗਿਣੀਆਂ ਜਾ ਰਹੀਆਂ ਉਧਰ ਸਾਡੇ ਸਵਰਗ ਵਾਸੀ ਬਾਬਾ ਅਮਰਜੀਤ ਕੌਰ ਤੇ ਸਵਰਗ ਵਾਸੀ ਸਰਦਾਰ ਗੁਰਦਿਆਲ ਸਿੰਘ ਜੀ ਉਹਨਾਂ ਦੀ ਡਿੱਗੀ ਤੇ ਮਿੱਟੀ ਯਾਦ ਹੈ ਉਹਨਾਂ ਦੇ ਵੀਰੋ ਜਿਹੜੇ ਸਾਡੇ ਪਾਣੀ ਵਾਲੇ ਵੀਰ ਸੀ ਚਾਂਦੀ ਦੇ ਕਰੇ ਕੱਲ ਸਾਡੇ ਗਿਆਲ ਵਾਲੇ ਸੇਵਾਦਾਰਾਂ ਦੇ ਦਿੱਤੇ ਗਏ ਹੈ ਨਾਲ ਟੋਟੀ ਕੱਢਣਾ ਸਾਡੀ ਗੱਲ ਖਿਡਾਰੀ ਦਾ ਚਾਂਦੀ ਦੇ ਕਰੇ ਦਾ ਦਾਨ ਕੀਤਾ ਸਵਰਗ ਵਾਸੀ ਬਾਬਾ ਅਮਰਜੀਤ ਕੌਰ ਤੇ ਸਵਰਗ ਵਾਸੀ ਬਾਬੇ ਗੁਰਦਿਆਲ ਸਿੰਘ ਜੀ ਅੱਜ ਇਹਨਾਂ ਦੀਆਂ ਯਾਦਾਂ ਜੋ ਘਾਟੇ ਪੈ ਗਏ ਕਦੇ ਪੂਰੇ ਨਹੀਂ ਹੋਣੇ ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਹਰ ਸਾਲ ਖੇਡਾਂ ਲਈ ਹੁੰਦੀ ਹੈ ਤੇ ਕੱਲ ਵੀ ਕਹਿੰਦੇ ਵੱਡੇ ਮਾਣ ਸਾਡੇ ਪਾਣੀ ਵਾਲੇ ਵੀਰਾਂ ਦੇ ਕੀਤੇ ਹੈ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਵੱਡਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਟੱਕਰ ਕਹਿੰਦੇ ਇਨਾਮਦਾਰ ਹੈ ਆਓ ਭਣਿਆਰੀ ਵਾਲਾ ਮੁਕਾਬਲਾ ਕਰੀ ਤੇ ਰਹਿੰਦਾ ਮੈਚ ਦਾ ਫਰਕ ਹੈ ਨਾਗਾ ਫੜਦੇ ਕਦੀ ਆਓ ਕੋਰਟ ਤੇ ਬਹਿ ਜਾਏਗਾ ਨਾਗਾ ਫੜਦੇ ਬਾਲ ਕਦੀ ਦੁਨੀਆ ਵੀ ਕਦੇ ਵੱਡੀ ਗਿਣਤੀ ਦੇ ਵਿੱਚ ਜੁੜੀ ਹੋਈ ਹੈ ਉਧਰ ਸਾਡੇ ਗੋਰਾ ਮਾਸਟਰ ਜੀ ਵੀਰ ਰਾਈ ਵਾਲੇ ਉਹ ਵੀ ਮੈਚਾਂ ਦਾ ਆਨੰਦ ਮਾਣ ਰਹੇ ਹੈ ਬਹੁਤ ਜਾਤਾ ਨੰਬਰ ਦੱਸਦੀ ਬਹੁਤ ਬੜਾ ਧੰਨਵਾਦ ਹੈ ਸੋਹਣੇ ਵੀਰ ਮੈਚ ਵੀ ਬੜੇ ਟੌਪ ਦੇ ਖੇਡੇ ਜਾ ਰਹੇ ਚਿੱਤ ਨਹੀਂ ਕਰਦਾ ਵੀ ਤੇਰੀ ਗੱਲ ਨੂੰ ਟੋਕੀ ਜਾਈਏ ਪਰ ਸਮਝੀ ਮੇਰਾ ਵੀਰ ਉਧਰ ਯੁਵਰਾਜ ਭਰਾ ਸਾਡਾ ਸੋਮਲ ਬਹੁਤ ਬੜਾ ਧੰਨਵਾਦ ਹੈ ਟੀਮ ਲਾਈਵ ਜਿਹੜੇ ਹੋਏ ਨੇ ਤੇ ਭਰਾ ਸਾਡੇ ਕੁਝ ਨਾਲ ਬੈਠੇ ਤੇ ਕੁਝ ਵਿਦੇਸ਼ਾਂ ਦੇ ਵਿੱਚ ਬਾਈ ਯੁਵਰਾਜ ਸੋਮਲ ਜੋਰ ਭਰਾ ਸਾਡਾ ਭੀਖੀ ਨਾਲ ਅਰਸ਼ ਚਹਿਲ
ਨਾਲ ਜੱਗਾ ਚਹਿਲ ਭਰਾ ਸੁਣ ਔਰ ਵਿਚਾਰਾਂ ਦੇ ਯਾਰ ਹੈ ਤੇ ਨਾਲ ਬਾਈ ਚੱਕੀ ਆਸਟ੍ਰੇਲੀਆ ਨਾਲ ਆਪਣਾ ਯੂਐਸਏ ਅਰਸ਼ ਖੱਟਣਾ ਤੇ ਨਾਲ ਸਹਿਬਾਜ ਭਿੱਖੀ ਉਹ ਵੀਰ ਵੀ ਅੱਜ ਦੇ ਬੈਠਾ ਵਾ ਆਨੰਦ ਮਾਣੀ ਆਉਂਦੇ ਹੈ ਵੀ ਸਾਨੂੰ ਫੱਕਰ ਦੋਸਤਾਂ ਤੇ ਹੁਣ ਯਾਰੀ ਸਾਡੀ ਦੇ ਚਰਚੇ ਔਰ ਰਾਜੇ ਖੇਲੇ ਸਾਲੂ ਆ ਗਿਆ ਪਰਖੇ ਉਧਰ ਬਾਈ ਆਪਣਾ ਭਰਾ ਸਾਡਾ ਯੂਐਸਏ ਵਾਲਾ ਨਾਲ ਅਰਸ਼ ਭਿੱਖੀ ਵਰਗੇ ਬਹੁਤ ਪੀਰਾਂ ਵਾਲੀ ਜਵਾਬਾਂ ਨੇ ਪਰ ਇੱਧਰ ਵੇਖ ਯਾਰਾ ਤੇ ਪਟਾਕੇ ਪੈ ਰਹੇ ਆ ਨਾਲ ਬਾਈ ਜੋਤ ਭਿੱਖੀ ਉਹ ਵੀਰ ਦਾ ਵੀ ਵੱਡਾ ਧੰਨਵਾਦ ਹੈ ਸਾਰੇ ਵੀਰਾਂ ਵੱਲੀ ਆਓ ਮੇਰੇ ਮਿੱਤਰੋ ਬਾਬੇ ਨਾਨਕ ਅੱਗੇ ਝੋਲੀ ਅੱਡ ਕੇ ਅਰਦਾਸ ਬੇਨਤੀ ਹੈ ਵੀ ਵੀਰ ਸਾਡੇ ਮੁੰਡਿਆਂ ਦੇ ਨੰਬਰ ਜਿਹੜੇ 7 ਤੇ 12 ਕਰ ਦਿੱਤੇ ਹੈ ਆਓ 7 ਤੇ 12 ਦੀ ਟੱਕਰ ਹੈ ਆੜੀ ਨੇ ਬਣਾ ਦੇ 13 ਚੱਕਾ ਪਾ ਕੇ ਰਾਣੀ ਨਾਲ ਕਰਦੇ ਕੰਮ ਨਾ ਖਰਾਬ ਹੋਵੇ ਆਪਣਾ ਪੰਜਾਬ ਹੋਵੇ ਬੈਠਾ ਜਾਂ ਤੂੰ ਬਣਿਆ ਨਵਾਬ ਹੋਵੇ ਉਹ ਆਪਣਾ ਪੰਜਾਬ ਹੋਵੇ ਕੱਲ ਤੇ ਕਹਿੰਦੇ ਪੰਜਾਬ ਵਾਹ ਸੋਹਣਿਆ ਲਵ ਦੀਪ ਹੈ ਇਹਦੇ ਮੁੰਡਾ ਪੇਟਾਂ ਦੇ ਕੋਲ ਲਈ ਤੁਰਿਆ ਬਲਰਾਜ ਕੱਲੀ ਪੂਣੀ ਵਾਲਾ ਉਹ ਵੀ ਭਰਾ ਕਿਤੇ ਲੈਣ ਜੁੜਿਆ ਹੋਇਆ ਵੱਡਾ ਧੰਨਵਾਦ ਹੈ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਡਾਕਟਰ ਕਹਿੰਦੇ ਬੜੀ ਤਕੜੀ ਹੈ ਖੇਡ ਮੈਦਾਨ ਦੇ ਵਿੱਚ ਤਰੀਕਾ ਵੀ ਬਦਲ ਗਿਆ ਦਿਨ ਵੀ ਬਦਲ ਗਿਆ ਹੈ ਮੈਚ ਬੜਾ ਤਕੜਾ ਹੈ ਰੂਪ ਇਹ ਮੁੰਡੇ ਨੂੰ ਜੀਤ ਦੀ ਕੰਧ ਵਧੀਆ ਦੁਨੀਆ ਜਿਹੜਾ ਹੁਣ ਸਰਵੇ ਕੱਚੇ ਲਈ ਤਿਆਰ ਹੈ ਸਹਿਬਾਜ ਅਲਖ ਵੀ ਲਾਈਵ ਜੁੜਿਆ ਹੋਇਆ ਇਹਨਾਂ ਮੈਚਾਂ ਦੇ ਨਾਲ ਤੇ ਗੱਲ ਕਹਿੰਦੇ ਚੱਟਾ ਵੈਰੀ ਵੈਰੀ ਮਿਸ ਯੂ ਹੈ ਬਹੁਤ ਬੜਾ ਧੰਨਵਾਦ ਹੈ ਓਕੇ ਜੀ ਹਾਂਜੀ ਹਾਂਜੀ ਇਹ ਬਾਈ ਸਹਿਬਾਜ ਅਲਖ ਬਾਈ ਪ੍ਰਬੰਧਕੀ ਕਮੇਟੀ ਤੈਨੂੰ ਯਾਦ ਕਰਦੀ ਆ ਵੀ ਮਿੱਤਰਾ ਸਾਰਾ ਕੁਛ ਘੰਟੇ ਵਜੇ ਉਹ ਪੂਰੇ ਹੋ ਗਏ ਤੇ ਤੇਰੇ ਮਿੱਤਰਾ ਤੇਰਾ ਘੰਟਾ ਨੀ ਪੂਰਾ ਹੋਇਆ ਤੇ ਤੂੰ ਤਾਂ ਜਾ ਚਲੇ ਵਿੱਚ ਕੈਨੇਡਾ ਦੇ ਔਰ ਸਹਿਬਾਜ ਅਲਖ ਵੀ ਭਰਾ ਸਾਡਾ ਲਾਈਵ ਜੁੜਿਆ ਹੋਇਆ ਹਾਂ ਕਹਿੰਦੇ ਸਾਡਾ ਧੂਰ ਵੀ ਲੈਣ ਜੁੜਿਆ ਹੋਇਆ ਗੱਲਾਂ ਕੱਢੀਆਂ ਸਹਿਬਾਜ ਅਲਖ ਦੀਆਂ ਬੜੀ ਮਿਹਨਤ ਛੋਟੇ ਸਮੇਂ ਦੇ ਵਿੱਚ ਕੀਤੀ ਤੇ ਬੰਦਾ ਨਾਮ ਲਾਇਆ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਹੀ ਕਹਿੰਦੇ ਔਲਖਾਂ ਦੇ ਬੰਦੇ ਦਾ ਸਿੱਕਾ ਚੱਲਦਾ ਹੈ ਕੌਣ ਜਾਣਦਾ ਸੀ ਕਾਸੂ ਦੇ ਕੋ ਪਿੰਡ ਦੇ ਜੇ ਸਹਿਬਾਜ ਕਮੈਂਟਰੀ ਨਾ ਕਰਦਾ ਹੁੰਦਾ ਹੈ ਰਾਜਨ ਜਾ ਕਰਕੇ ਕਹਿੰਦੇ ਸਹਿਬਾਜ ਨਾਲ ਸਾਡਾ ਬੜਾ ਪਿਆਰ ਹੈ ਉਹ ਵੀ ਭਰਾ ਦੇ ਮੇਲੇ ਦੀ ਨਵਾਬ ਭਰਾ ਦੇ ਰਿਹਾ ਹੈ ਕੈਨੇਡਾ ਤੋਂ ਲਹਿਰ ਜਿਹੜਾ ਹੋਇਆ ਹੈ ਵੱਡਾ ਮੈਚ ਕਹਿੰਦੇ ਜਾ ਰਿਹਾ ਟੱਕਰ ਕੱਢੀ ਹੈ ਹੋਰ ਟੱਕਰ 8 ਤੋਂ 9 ਜਾਂ ਫਿਰ 12 ਤੇ 13 ਹੋਣਗੇ ਰਾਜਪਾਲ ਗਾਗਲੀ ਇਹ ਵੀ 42 ਲੈਂਦਾ ਹੈ ਇਹ ਵੀ ਕਹਿੰਦੇ ਮੇਰੇ ਮਿੱਤਰੋ ਤੁਗ ਤੁਗ ਕਰੀ ਆਉਂਦਾ ਅੱਜ ਦੇ ਵੱਡੇ ਕੱਪ ਤੇ ਔਰ ਵੇਖ ਕੇ ਮਿੱਤਰਾਂ ਚਰਚੇ ਤੇ
ਆਓ ਗੱਭਰੂ ਨੇ ਕਰਵਾ ਦਿੱਤੇ ਹੈ ਵੱਡਾ ਮੈਚ ਹੈ ਵੱਡਾ ਆਓ ਮਿੱਤਰਾਂ ਕਾਪਾ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਵਿੱਚ ਵੀ ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣਾ ਤੇ ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ ਮੂਰਖਾਂ ਦਾ ਕੰਮ ਗੱਲ ਗੱਲ ਉੱਤੇ ਹੱਸਣਾ ਮਰਦ ਗੁਲਾਮ ਕਦੇ ਬਣਦੇ ਨਾ ਨਾਰਦੇ ਹੱਥੀ ਲਾਈ ਜਾਂਦੇ ਤੇ ਕੁਝ ਦਿਨ ਸੁੱਖੀ ਲੋਕੋ ਬਣ ਕੇ ਭੰਬੜ ਪੈਂਦੀ ਮੱਜ ਮੁੱਕ ਵਾਲਿਆ ਮਿਹਨਤ ਨਾ ਖੁੱਜੀ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ ਤੇ ਕਦੇ ਨਾ ਲੁਕਾਇਆ ਲੁਕੋ ਸੱਚ ਲੁੱਕ ਵਾਲਿਆ ਇੱਕ ਵਾਰੀ ਨੰਬਰ ਸਾਂਝੇ ਕਰੋ ਜੀ ਬਾਈ ਨੰਬਰ ਟਿਕਾਣੇ ਲਾਉਣੇ ਹੋ ਵੀ ਤਾਹੂ ਤੀਨ ਪੰਜ ਮਤ ਕਰੀਓ ਕੁਝ ਨੀਚੇ ਦੱਸੂਗਾ ਗੱਲਾਂ ਹੁੰਦੀਆਂ ਨੇ ਔਰ ਵੀਰ ਸਾਡੇ ਭਰਾ ਜਿਹੜੇ ਸੰਮੇਲਨ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਬੱਚਾ ਯੋਗਦਾਨ ਪਾ ਰਹੇ ਹੈ ਬਾਕੀ ਬਹੁਤ ਵੱਡਾ ਯੋਗਦਾਨ ਹੈ ਉਧਰ ਦਵਿੰਦਰ ਬਰਾੜ ਪੀਐਸਏ ਵਾਲਾ ਵੀ ਭਰਾ ਨਾਲ ਜਿਹੜਾ ਹੋਇਆ ਯਾਰਾਂ ਦਾ ਯਾਰ ਹੈ ਦਵਿੰਦਰ ਬਰਾੜ ਜਿਹੜੀ ਗੱਲ ਬਰਾੜਾਂ ਦੇ ਮੁੰਡੇ ਨੇ ਕਹਿਤੀ ਉਹ ਪੱਕੀ ਹੈ ਬਹੁਤ ਵੱਡੇ ਗੱਡੀਆਂ ਦਿੱਤੀਆਂ ਔਰ ਲੋਕਾਂ ਦੇ ਕਹਿੰਦੇ ਘਰ ਵੀ ਬੁਲਾਏ ਹੈ ਆ ਦਿੱਤੀ ਸਜ਼ਾ ਤੇਰਵਾਂ ਨੰਬਰ ਲੱਗ ਗਿਆ ਬਈ ਲੈ ਗਿਆ ਬੁਲਟ ਲੱਭਾ ਗੱਡੀ ਗਲਤੀ ਕਰ ਦਿੱਤੀ ਹੈ ਬਾਈ ਯਾਰ ਵੇਖੋ ਅਟੈਕਰਾਂ ਦੀ ਕਿੱਡੀ ਮਿਹਨਤ ਤੇ ਨਾਲ ਬਾਈ ਨੈਟਮੈਨਾਂ ਦੀ ਕਿੱਡੀ ਮਿਹਨਤ ਤੇਰਾ ਯਾਰ ਮੁੰਡੇ ਡਿਫੈਂਸਰ ਨੇ ਇਹ ਪਾਲਾ ਮਾਰੀ ਹੋ ਗਏ ਆ ਇੱਕ ਤਾੜੀ ਆ ਡਿਫੈਂਸਰਾਂ ਦੀ ਵੀ ਮਾਰੋ ਮੇਰਾ ਵੀਰ ਬਣ ਕੇ ਬਹੁਤ ਬੜਾ ਧੰਨਵਾਦ ਹੈ ਇਹ ਡਿਫੈਂਸਰਾਂ ਦਾ ਵੀ ਆਪਾਂ ਮਾਣ ਕਰੀਏ ਜਦੋਂ ਇਹ ਕੋਈ ਚੰਗੀ ਦੀ ਵਾਲ ਮੋੜ ਦਿੰਦੇ ਆ ਉਧਰ ਵੇਦੀ ਕਿਉਂ ਮਾਇਰਾ ਲੱਭੇ ਲਈ ਬੰਸ ਆ ਗਿਆ ਲੱਭੇ ਦੇ ਦਿਲ ਆ ਗਿਆ ਸੀ ਕਹਿੰਦਾ ਇਹ ਕਾਲੇ ਮੁੰਡੇ ਦਾ ਨਾਂ ਦੱਸ ਰੂਪੀ ਹੱਥੋਂ ਵਾਲੀਆ ਨਵਾਦੀ ਦੇ ਵਿੱਚ ਕਹਿੰਦੇ ਮੁੰਡੇ ਦਾ ਰਿਹਾ ਆ ਬਾਸੀਅਟ ਦਾ ਲਾ ਕੇ ਇਹ ਮੁੰਡਾ ਵੀ ਕਹਿੰਦੇ ਸਿਰਾਂ ਦਰਾਉਂਦਾ ਹੈ ਰਾਜਪਾਲ ਗਾਂਧੀ ਦਾ ਨਾਂ ਹੀ ਫੜ ਕੇ ਹਰਿਆਣੇ ਵਾਲਾ ਬੰਦਾ ਉਧਰ ਆਪਣਾ ਬਾਈ ਹੈ ਸਾਡਾ ਕ੍ਰਾਈਮ ਬ੍ਰਾਂਚ ਵਾਲਾ ਭਰਾ ਗਿਆਰਾਂ ਦਾ ਯਾਰ ਹੈ ਆਪਣਾ ਜੱਦੀ ਪਿੰਡ ਪਹਿਣੀ ਵਾਲਾ ਜਿਹੜੇ ਮਾਪਸਾ ਚ ਪੈਂਦਾ ਹੈ ਉਹ ਗੱਲਾਂ ਕਹਿੰਦੇ ਗੱਡੀਆਂ ਸਿੱਧੂ ਜਿਹੜਾ ਵੀ ਪੰਜ ਕਲਾਸ ਕਰ ਗਿਆ ਤੇ ਆਂਦਾ ਕਹਿੰਦਾ ਵੀ ਆਪਾਂ 2100 ਦਾ ਪਾਨ ਕਰ ਦਿਆਂਗੇ ਯਾਰਾਂ ਦਾ ਯਾਰ ਹੈ ਆਪਣਾ ਬਾਈ ਵੱਜਿਆ ਹੋਇਆ ਉਧਰ ਉਧਰ ਗੌਰਵ ਸਦਾ ਤੇ ਨਾਲ ਹਰ ਸਿੰਘ ਲੂਰ ਕਹਿੰਦੇ ਵੀ ਲੰਬਾ ਜੇ ਗੋਟ ਜਾਂਦਾ ਤੇ ਗੋਲਡ ਦੀ ਚੈਨ ਪਾ ਦੋਗੇ ਮੁੰਡੇ ਨੂੰ ਉਧਰ ਪ੍ਰਬੰਧ ਕਮੇਟੀ ਦਾ ਬੰਦਾ ਧੰਨਵਾਦ ਹੈ ਪੈਰੇ ਤੁਰ ਭਾਗੂ ਮਾਏ ਦਾ ਸਾਰੇ ਵੀਰਾਂ ਦਾ ਸਤਿਕਾਰ ਹੈ ਤੇ ਭਰਾ ਕਹਿੰਦੇ ਵੀ ਕਈ ਵਾਰੀ ਮੈਦਾਨ ਬਹੁਤ ਜ਼ਿਆਦਾ ਹੁੰਦੇ ਕਿਸੇ ਦਾ ਨਾਮ ਸਨਮਾਨ ਰਹਿ ਜਾਂਦਾ ਤੇ ਵੀਰ ਸਾਡੇ ਕਾਫੀ ਬਣਦੇ ਕਮੇਟੀ ਵਾਲੇ ਤੇ ਵੀਰ ਸਨਮਾਨ ਕਰ ਲਏ ਦਾ ਨਾਮ ਸਨਮਾਨ ਘਰੇ ਪਜਾਇਆ ਜਾਊਗਾ
ਪੰਜ ਤੋਂ ਆਪਣੇ ਬੰਦੇ ਕਰਦੇ ਆ, ਪਰ ਫੇਰ ਵੀ ਕਈ ਵਾਰੀ ਕੋਈ ਨਾਮ ਸਮਾਨ ਜੇ ਰਹਿ ਗਿਆ ਤੇ ਜ਼ਰੂਰ ਸੰਪਰਕ ਕਰੋ। ਕਈ ਵਾਰੀ ਸਾਡਾ ਕਹਿੰਦਾ ਰਹਿ ਜਾਂਦਾ ਹੈ ਤੇ ਉਹ ਗੱਲ ਦੀ ਕਾਫੀ ਮੰਨਦੇ ਆ, ਤੇ ਜ਼ਰੂਰ ਜੇ ਕਿਸੇ ਦਾ ਮਾਣ ਸਨਮਾਨ ਰਹਿ ਗਿਆ ਉਹ ਘਰ ਤੱਕ ਪਹੁੰਚਦਾ ਕੀਤਾ ਜਾਂਦਾ। ਛੱਪੀ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਆਹ ਲੱਗੀ ਰਹਿਣ ਦੇ ਲੋਕਾਂ ਭਾਰੇ ਠੱਗੀ ਆ ਤੇ ਠੱਗੀ ਰਹਿਣ ਦੇ ਆਹ 13 ਗੁਣਾ 26 ਤੇ 26 ਰਹਿਣ ਦੇ ਕਨੇਡਾ ਤੇ ਹਰਜੋਤ ਸਿੰਘ ਕਨੇਡਾ ਯਾਰਾਂ ਦਾ ਯਾਰ ਹੈ। ਉਹ ਵੀ ਵੀਰਲੈਂਡ ਜਿਹੜੇ ਹੋਏ ਹੈ ਤੇ ਬੰਦੇ ਬਾਅਦ ਇਹਨਾਂ ਖੇਡਾਂ ਲਈ ਇਸ ਕਲੱਬ ਲਈ ਆਏ ਹੈ। ਵੱਡਾ ਧੰਨਵਾਦ ਹੈ ਸਾਡੇ ਭਾਈਆਂ ਦਾ, ਵੱਡੇ ਪਿਆਰ ਵੱਡੇ ਬਾਹਰ ਭੇਜੇ ਕਰਦੇ ਹੈ, ਵੱਡਾ ਧੰਨਵਾਦ ਆਪਾਂ ਕਰਾਂਗੇ। ਲਓ ਵੱਡਾ ਮੈਚ ਖੇਡੇ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਡੱਕਰ ਕਹਿੰਦੇ ਬੜੀ ਤਕੜੀ ਹੈ, ਉਹ ਧੜਾਕੇ ਪੈਂਦੇ ਹੈ, ਬੜੀ ਬਾਸੀਆਂ ਵਾਲਾ ਵਾਹ ਮੁੰਡਿਆ ਰੌਣਕ ਮਿਲੀ ਵਾਲੇ ਨੇ ਵੱਡੀ ਲਾ ਦਿੱਤੀ ਹੈ। ਹਰ ਰੌਣਕ ਦੀ ਧਰਤੀ ਤੇ ਹੈ ਤੇ 7 ਤਰੀਕ ਨੂੰ ਕਨੋਲੇ ਦੀ ਧਰਤੀ ਦੇ ਉੱਤੇ ਵੱਡਾ ਕੰਮ ਖੇਡਿਆ ਜਾਣਾ। ਵਾਲੀਬਾਲ ਕੱਚੀ ਵਾਲੇ ਭਰਾ ਵੀ ਆਏ ਹੋਏ ਆ ਤੇ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ। 9-13 ਬਾਈ 9 ਪਨਿਆਰੀ ਮਨਪ੍ਰੀਤ ਭਰਾ ਸਾਡਾ ਪੁੱਜਿਆ ਸਹਿਬਾਜ ਅਲਫ ਦੇ ਨਾਲ ਪਿਆਰ ਹੈ। ਪਹਿਲਾਂ ਰਾਜਪਾਲ ਬਾਗਲੀ ਦੇ ਲਈ 500 ਮੋਜਾ ਕੀਤਾ। ਉਧਰ ਸਾਡੀ ਧੋ ਸਾਡੀ ਸੋਹਣੀ ਬੱਚੀ ਰਵਾਨ ਕੌਰ ਤੇ ਨਾਲ ਸਾਡਾ ਭਤੀ ਸਾਡਾ ਪੁੱਤ ਅਮਰਜੀਤ ਸਿੰਘ ਛੋਟੇ ਬੱਚੇ ਹੈ। ਉਹਨਾਂ ਬੱਚਿਆਂ ਵਿੱਚੋਂ ਦੋਨੋਂ ਟੀਮਾਂ ਦੇ ਲਈ 500 ਦੇ ਬੱਚੇ ਬਾਹਰ ਆ ਗਏ ਹੈ। ਸਾਲੂ ਪਨਿਆਰੀ 10ਵਾਂ ਨੰਬਰ ਜੋੜ ਗਿਆ, ਸਾਲੂ ਪਨਿਆਰੀ 500 ਦੇ ਬੱਚੇ ਬਾਹਰ 10-13 ਕਰਾਂਗੇ। ਬੱਚੇ ਬਣ ਕੇ ਸੱਜੇ ਬੱਚਿਆਂ ਨੂੰ ਪਿਆਰ ਕਰੋ। ਜੇ ਅੱਜ ਰੂਪ ਟੈਸਟ ਨਿਕਲਦਾ ਹੈ ਤੇ ਰੂਪ ਦੇ ਲਈ ਵੀ ਕਹਿੰਦੇ ਗੋਲਡ ਚੈਨ ਹੋਵੇਗੀ। ਗੌਰਵ ਗਿੱਲ ਤੇ ਅਰਥ ਜਲੂਰ ਸਾਡਾ ਵੀਰ 11-13 ਕੰਪਿਊਟਰ ਚੱਲ ਗਿਆ ਬਾਈ, ਕੰਪਿਊਟਰ ਚੱਲ ਗਿਆ ਹੋ ਬਾਈ, 11-13 ਹੋ ਗਏ, ਚੱਲ ਗਿਆ ਕੰਪਿਊਟਰ, ਚੱਲ ਗਿਆ ਬਾਈ ਦੀ ਟੱਕਰ। ਉਧਰ ਰਵਾਨ ਕੌਰ ਸਾਡੀ ਛੋਟੀ ਬੱਚੀ ਤੇ ਅਮਰਜੀਤ ਸਿੰਘ ਸਾਡਾ ਛੋਟਾ ਬੱਚਾ 500 ਦੇ ਟੀਮਾਂ ਲਈ ਆ ਗਏ ਜੀ। ਦੋਨੋਂ ਟੀਮਾਂ ਦੇ ਲਈ 500 ਦੇ ਮਾਨ ਆ ਗਏ ਹੈ ਤੇ 500 ਬਾਈਆਂ ਨੇ ਪਹੁੰਚਾ ਕਰ ਦਿੱਤਾ। ਉਧਰ ਹਰਪ੍ਰੀਤ ਸੋਨਾਲ ਜੀ ਇਸੇ ਭਰਾ, ਉਹ ਭਰਾ ਨੇ 500 ਆ ਗਿਆ। ਜਿਹੜਾ ਮਰਜ਼ੀ ਟੱਪਾ ਪਵਾਰੇ ਮਗਨ ਟੱਪੇ ਦੇ ਲਈ ਹੋਣਾ, ਜਿਹੜਾ ਮਰਜ਼ੀ ਟੱਪਾ ਪਵਾ ਦੇ। ਹਰਪ੍ਰੀਤ ਸੋਨਾਲ ਸਾਡਾ ਭਰਾ
ਯੂਐਸਏ ਰਹਿੰਦਾ ਹੈ। ਬੱਲੀ ਕੈਨੇਡਾ ਵੱਲੋਂ ਗੋਲਡ ਚੈਨ ਮਨੀ ਬੋਲਟ ਜਿੱਤਦਾ। ਬੱਲੀ ਕੈਨੇਡਾ ਕਹਿੰਦਾ ਵੀ ਇਹ ਮਨੀ ਬੋਲਟ ਜਿੱਤਦਾ, ਮਨੀ ਦੇ ਲਈ ਵੀ ਗੋਲਡ ਚੈਨ ਹੋ ਗਈ ਹੈ। ਬਹੁਤਾ ਧੰਨਵਾਦ ਹੈ ਸਾਰੇ ਪ੍ਰਮੋਟਰਾਂ ਦਾ। ਓ ਬਾਈ ਮਿਸ ਕਰ ਗਿਆ, ਬਾਈ ਮਿਸ ਕਰ ਗਿਆ, 13-11 ਚੇਂਜ। ਨੈਟ ਗਲਤੀ ਕਿਸੇ ਕਾਊਂਟ ਨਹੀਂ ਹੈ ਜੀ, ਕਿਸੇ ਡਿਫੈਂਸ ਕਦੋਂ ਕੁਛ ਹੈ ਨਹੀਂ। ਉਧਰ ਸਵਰਗ ਵਾਸੀ ਬਾਬਾ ਅਮਰਜੀਤ ਕੌਰ ਜੀ ਤੇ ਸਵਰਗ ਵਾਸੀ ਬਾਬੇ ਗੁਰਦਿਆਲ ਸਿੰਘ ਜੀ, ਉਹਨਾਂ ਦੇ ਪੁੱਤਰ ਜਲਜੀਤ ਸੋਗਲ ਤੇ ਨਾਲ ਗਗਨ ਸੋਗਲ, ਉਹਨਾਂ ਵੱਲੋਂ ਅਗਲੇ ਸਾਲ ਦੇ ਲਈ ਐਲਾਨ ਹੋ ਗਿਆ ਵੀ ਦੀਪੂ ਗੌਰਵ ਪੁਰ ਭਾਦੋਵਾਲ ਵਾਲੇ ਦੇ ਲਈ ਸਵੇਤ ਗੱਡੀ ਦਿੱਤੀ ਜਾਣੀ ਹੈ, ਬਿਲਕੁਲ ਨਵੀਂ ਨਕੂਰ। ਬੜਾ ਧੰਨਵਾਦ ਹੈ ਸਵਰਗ ਵਾਸੀ ਬਾਬਾ ਅਮਰਜੀਤ ਕੌਰ ਜੀ ਤੇ ਸਵਰਗ ਵਾਸੀ ਬਾਬੇ ਗੁਰਦਿਆਲ ਸਿੰਘ ਜੀ, ਉਹਨਾਂ ਦੇ ਪੁੱਤਰ ਚਰਨਜੀਤ ਸੋਗਲ ਤੇ ਗਗਨ ਸੋਗਲ ਦੇ ਪ੍ਰਧਾਨ ਇਸ ਕਲੱਬ ਦੇ। ਬੜਾ ਮੇਲ ਦਾ ਇਨਸਾਨ ਹੈ ਸਾਡਾ ਬਾਈ, ਅਗਲੇ ਸਾਲ ਕਹਿੰਦਾ ਵੀ ਆਪਾਂ ਦੀਪੂ ਦਾ ਪਾਠ ਗੱਡੀ ਦਾ ਕਰਨਾ, ਗੱਡੀ ਮੁਬਾਰਕਬਾਦ ਹੈ ਦੀਪੂ ਸਾਡੇ ਵੀਰ ਨੂੰ। ਚਾਚਾ ਜੀ ਦੱਸਿਓ ਨੰਬਰ ਕਿੰਨੇ ਹੋ ਗਏ ਹੈ? 13-11 ਬਾਈ, 13 ਫਰੋਸ਼ਾ, 11 ਪਨਿਆਰੀ। ਸਰਵਿਸ ਫਰੋਸ਼ਾ ਬਾਈ, ਸਾਲੂ ਸਾਲੂ ਚੱਲ ਹਿੰਦੂ ਪਾਰਟੀ ਹੋ ਗਈ ਅੰਤੇ, ਐਨ ਗੱਲਾਂ ਸਿਰੇ ਲੱਗ ਗਈਆਂ ਤੇ ਉੱਤੇ ਕੁੱਝ ਨੀ। ਬਿਲਕੁਲ ਜੀ, ਮੈਚ ਬਹੁਤ ਇੰਟਰਸਟਿੰਗ ਬਣਦਾ ਜਾ ਰਿਹਾ, ਜਿਉਂ ਜਿਉਂ ਮੈਚ ਸਮਾਪਤੀ ਤੇ ਆ ਰਿਹਾ ਮੈਚ ਇੰਟਰਸਟਿੰਗ ਬਣਦਾ ਜਾ ਰਿਹਾ, ਇਹ ਵੱਡੇ ਵਧੀਆ ਖਿਡਾਰੀ ਨੇ। 14-11 14 ਨੰਬਰ ਲੱਗ ਗਿਆ ਬਾਈ ਫਰੋਸ਼ਾ ਦਾ, ਦੇ ਵਿੱਚ ਅੱਜ ਪਤਾ ਲੱਗ ਰਿਹਾ ਕਿ ਦੋਨਾਂ ਟੀਮਾਂ ਨੇ ਬਹੁਤ ਵਧੀਆ ਮਿਹਨਤਾਂ ਕੀਤੀਆਂ ਹੋਈਆਂ ਨੇ ਖਿਡਾਰੀਆਂ ਨੇ। ਆਊਟ ਬਾਲ, ਗਲਤੀ ਕਰ ਗਿਆ ਬਾਈ। ਮੁਕਾਬਲੇ ਚੱਲਦੇ ਹੋਏ ਸੋ ਜਿਹੜੀ ਟੀਮ ਪਹਿਲਾਂ ਬਹੁਤ ਪਿੱਛੇ ਸੀ, 0 ਤੇ ਸੀ, 0-7 ਵੀ ਸੀ, ਸੋ ਪਰ ਖਿਡਾਰੀਆਂ ਨੇ ਹੌਸਲਾ ਨਹੀਂ ਛੱਡਿਆ। ਦੇਖੋ ਬਹੁਤ ਵਧੀਆ ਜੀ ਬਾਅਦ ਦੇ ਵਿੱਚ ਨੰਬਰ ਸੋ ਦੂਜੀ ਟੀਮ ਹੈ ਉਸਨੇ ਬਣਾਏ ਨੇ 11-14 ਤੋਂ ਪਤਾ ਲੱਗਦਾ ਇੱਕ ਖਿਡਾਰੀ ਨੂੰ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਬਿਲਕੁਲ ਬਾਕੀ ਇਹ ਨੀ ਟੋਲਦੇ ਵੀ ਰਿਹਾ ਤੇ ਬਹੁਤ ਵੱਡੇ ਵੱਲ ਇਹਨਾਂ ਦੇ ਮਿੱਤਰਾਂ ਪਿੱਚ ਉੱਤੇ ਪੈਂਦੀ ਰਹਿੰਦੇ ਆ ਵੀ ਕਦੇ ਝੂਟੇ ਝੜਦੇ ਵੇਖੇ ਆ, ਜਿਹਦਾ ਪੇਚਾ ਪੈ ਗਿਆ ਲੰਬੇ ਨਾਲ ਬਾਈ ਪਿਛਲੇ ਜਨਮ ਦੇ ਲੇਖੇ ਆ, ਜਿਹਦਾ ਪੇਚਾ ਪੈ ਗਿਆ ਲੰਬੇ ਨਾਲ ਤੇ ਬਾਈ ਪਿਛਲੇ ਜਨਮ ਦੇ ਲੇਖੇ ਆ, ਆ ਕਿੱਦਾਂ ਚੰਦ ਵੱਜ ਵਾਲਿਆ ਤੇ ਤੜਕ ਦੀ ਤੂੜੀ ਫਲੀ ਭੰਨੀ, ਇਹ ਤੂੜੀ ਟੰਗਾ ਤੋੜ ਕੇ ਪੂਰਾ ਕੀਤਾ
ਨੰਬਰ ਤੂੰ ਨੀ ਕੋਈ ਜੋੜਿਆ, ਜੇ ਨੰਬਰ ਤੂੰ ਜੋੜਿਆ ਜੱਟਾ ਤੇ ਲੋਕਾਂ ਨੇ ਗੱਲਾਂ ਕਰਨੀਆਂ ਵੀ ਆ ਵੀ ਸਾੜ ਜੱਟ ਹੈ ਸਾਡੀ ਖੇਡ ਵਾਲੀਬਾਲ ਦਾ ਬੜਾ ਟੌਪ ਦਾ ਮੁਕਾਬਲਾ ਆਹ ਗਰਾਊਂਡ ਦੇ ਵਿੱਚ ਖੇਡੇ ਜਾ ਰਿਹਾ ਹੈ ਵੀ ਗੱਡਿਆ ਇਹ ਨੱਟ ਤੇ ਪਈਆਂ ਨੇ ਜੋ ਗੱਡੀ ਹੈ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਤੇ ਟੀਮਾਂ ਦੋਨੋਂ ਚੰਗੀਆਂ ਕੌਣ ਮਾਰੂ ਸਾਡਾ ਤੇ ਕਿਹੜਾ ਕਰੂਗਾ ਡਿਫੈਂਸ ਅੱਜ ਡਿੱਗ ਡਿੱਗ ਕੇ 12 ਨੰਬਰ ਹੋ ਗਏ ਬਈ ਬੱਟਾ ਬੱਟਾ ਵਿੱਚ ਜਾਣ ਮਿੱਤਰੋ ਹੁਣ 11 ਜਿੱਤ ਗਏ ਬਾਰਾਂ ਚੌਲਾ ਬਣਾਲਾ ਗੱਲ ਕਿੱਥੇ ਜੇ ਖੜੀ ਹੈ ਤੇਰੇ ਮੇਰੇ ਪਿਆਰ ਦੀ ਆਓ ਕਹਿੰਦੇ 12 ਤੇ 14 ਹੋ ਗਏ ਬੂਟਿਆ ਆਓ 12 ਤੇ 14 ਬਿੱਲਾ ਟਿੱਗੋ ਜਦੋਂ ਕੇ ਬਾਈ 12 14 ਨਵੀਂ ਸਿੰਘ ਬਾਈ 12 14 ਨਵੀਂ ਸਿੰਘ 12 14 ਬਾਈ 12 14 12 ਪਨਿਆਰੀ 14 ਫਿਰੋਸ਼ਾ ਵੀ ਸਾਡੇ ਸੁਮੇਲ ਬਾਈ ਜੀ ਸੁਰਦੇਵਗੜ੍ਹ ਰਾਜਪਾਲ ਗਾਂਧੀ ਲਈ 500 ਹੋਰ ਆ ਗਿਆ ਵੱਡਾ ਧੰਨਵਾਦ ਹੈ ਵੀ ਹਰਿਆਣਾ ਦਾ ਲਈ ਫਿਰ ਕੇ 500 ਸੁਮੇਲ ਬਾਈ ਸਾਡੇ ਸੁਰਦੇਵਗੜ੍ਹ ਵਾਲੇ 500 ਰੁਪਏ ਦਾ ਰਾਜਪਾਲ ਗਾਂਧੀ ਦੇ ਲਈ ਉਹਦੇ ਫੇਰ ਤੋਂ ਖੁਸ਼ ਹੋ ਕੇ ਫੇਰ ਆ ਗਿਆ ਵੱਡਾ ਧੰਨਵਾਦ ਹੈ ਮੇਰੇ ਮੈਦਾਨ ਦੇ ਵਿੱਚ ਅੱਜ ਤੋਂ ਕਦੇ ਪੈਰੋਂ ਪਰ ਧਾਗੇ ਪਾਏ ਜਾਣਾ ਨੇ ਨੋਟ ਦਿੱਤੇ ਰੋਹਿਤ ਭਾਈ ਫਾਈਨਲ ਹੈ ਬਾਈ ਫਾਈਨਲ ਹੈ ਬਾਈ 13 14 ਕਾਹਦਾ ਮਾਨ ਮੇਰੀ ਮਾਂ ਨੂੰ ਜੰਮੇ ਜਾਏਦਾ ਉਹ ਜਾਨ ਡਾਰਲਿੰਗ ਲਾਵੀ ਉਸ ਤੋਂ ਬਚ ਕੇ ਰਹੀ ਇੱਥੇ ਸਾਰੀ ਦੁਨੀਆ ਡਰਾਮਾ ਕਰਦੀ ਲੱਕ ਤੋੜਨਾ ਪੈਂਦਾ ਮਾੜੇ ਸਮੇਂ ਦਾ 13 14 13 14 ਸੁਮੇਲ ਬਾਈ ਹੈ ਸਾਡਾ ਸੁਰਦੇਵਗੜ੍ਹ ਤੋਂ ਪੁੱਜਿਆ 500 ਰੁਪਏ ਦੇ ਵੱਡੇ ਮਾਨ ਵੱਡੇ ਪਿਆਰ ਕਹਿੰਦੇ ਰਾਜਪਾਲ ਗਾਂਧੀ ਲਈ ਆ ਗਏ ਹੈ ਵੱਡਾ ਧੰਨਵਾਦ ਆਪਾਂ ਕਰਾਂਗੇ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਨੰਬਰ ਵੀ ਮੈਨੂੰ ਲੱਗਦਾ ਵੀ 13 14 ਹੋ ਗਏ ਚਾਚਾ ਹੋ 13 14 ਹੋ ਗਏ 14 14 ਹੋ ਜਾਣਗੇ 14 14 ਹੋ ਜਾਣਗੇ ਹਜੇ ਸਿੱਧੂ 3 ਹੋ ਗਈ ਹੈ ਹੋ 7 ਬਾਲਾਂ ਦੇ ਕਹਿੰਦੇ 1100 ਰਾਜਨ ਜੰਗ ਦਾ ਲੱਗਿਆ ਹੋਇਆ ਹੈ ਵੱਡਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਬਰਾਬਰ 14 ਬਰਾਬਰ 14 ਬਰਾਬਰ ਬਈ ਉਧਰ ਬੀਬੀ ਜੋ ਮਾਰੇ ਬਣੇ 500 ਗਿਆਨੀ ਨੇ ਜਿਹੜਾ ਪਹਿਲਾ ਟੱਪਾ ਪਵਾਇਆ ਪਹੁੰਚਾ ਕਰਤਾ ਗਿਆਨੀ ਲਈ ਵੱਡਾ ਧੰਨਵਾਦ ਹੈ ਸਾਡੇ ਵੀਰਾਂ ਦਾ ਜੋ ਸਰਦਾਰ ਹੈ ਸਾਡੀ ਖੇਡ ਦਾ ਗੰਦਾ ਕੇਸ ਕਿਰਪਾਨ ਕਰਾ ਲੱਖਾਂ ਵਿੱਚ ਦਿਸ ਪੈਂਦਾ ਮੇਰਾ ਸਿੰਘ ਪਨਿਆਰੀ ਵਾਲਾ ਨੰਬਰ ਜੋੜ ਗਿਆ ਸਾਲੂ 15 14 ਸਾਲੂ ਨੰਬਰ ਜੋੜ ਗਿਆ 15 ਬਾਈ 15 14 ਫਿਰੋਜ਼ਪੁਰ ਵਾਲਿਆਂ ਦੇ 15 ਹੋ ਗਏ ਹਰਿਆਣੇ ਵਾਲਿਆਂ ਦੇ 60 ਮੁੰਡਿਆ 15 14
ਬਹੁਤ ਸੋਹਣਾ ਬੈਟਲਰ ਮਣੀ ਵਾਸੀ ਵਾਲਾ ਉਧਰ ਸਰਦਾਰ ਗੁਰਕਾਂਤਰ ਸਿੰਘ ਜੀ ਖਾਲਸਾ ਸਾਹਿਬ ਜੱਗੇ ਹੋਏ ਆ 16-14 ਕਿੱਥੇ ਜਾ ਰਹੇ ਆ ਸਰਦਾਰ ਗੁਰਵੰਦਰ ਸਿੰਘ ਜੀ ਖਾਲਸਾ ਸਾਡੇ 16-14 ਹੋ ਗਏ ਹੈ ਬਹੁਤਾ ਮਾਣ ਕਰੀਨਾ ਉੱਤੇ ਹੋ ਬੰਦਾ ਸਿਗਰਾਂ ਵਾਲੇ ਫਲ ਵੀ ਸਿੱਧੇ ਦੇਖੇ ਨੇ ਪਿਆਰ ਦੇ ਉੱਤੇ ਕਿੱਦਾਂ ਪੈਸਾ ਭਾਰੀ ਹੈ ਸਾਹਾਂ ਵਾਲੇ ਰਿਸ਼ਤੇ ਟੁੱਟਦੇ ਰਾਜਪਾਲ ਜੋੜ ਗਿਆ 17ਵਾਂ ਨੰਬਰ ਬਾਈ 17-14 ਤਰਸਾ ਬੈਂਟ ਹੋਏ ਕੀ ਦੱਸਾਂ ਇੱਥੇ ਦਰਿਆ ਵੀ ਸਿੰਘ ਦੇ ਵੇਖੇ ਨੇ ਕੀ ਦੱਸਾਂ ਤੇ ਦਰਿਆ ਵੀ ਸਿੰਘ ਦੇ ਵੇਖੇ ਨੇ ਉਧਰ ਕਮਲ ਸੋਗਲ ਕਨੇਡਾ ਹਰਪ੍ਰੀਤ ਸਿੰਘ ਕਨੇਡਾ ਤੇ ਹਰਦੇਵ ਸਿੰਘ ਸਾਡਾ ਕਨੇਡਾ ਵੱਡੇ ਯੋਗਦਾਨ ਦਾ ਖੇਡਾਂ ਦੇ ਭਰਾਵਾਂ ਵਜੋਂ ਆਏ ਹੈ ਉਧਰ ਗਗਨ ਸੋਮਲ ਸਾਡਾ 17-14 17 ਹੋ ਗਿਆ ਰਾਜਪਾਲ ਬਾਬੂ ਸਾਲੂ ਜੋੜ ਗਿਆ ਬਾਈ 4-5 ਨੰਬਰ ਜੋੜ ਗਿਆ ਸਾਲੂ ਲਾਸਟ ਆ ਗਿਆ ਜਿਹੜਾ ਵੀ ਲਾਸਟ ਨੰਬਰ ਲੈ ਗਿਆ ਗੱਡੀ ਚੌਂਕ ਆਏ ਦੇ ਵਜੇ 500 ਦਾ ਲਾਸਟ ਨੰਬਰ ਪਿੱਤਰ ਨੰਬਰ ਲੈ ਗਿਆ ਤੇ 500 ਪਿੱਤਰ ਲਈ ਆਉਂਦਾ ਲਾਸਟ ਨੰਬਰ ਭਾਈਆ ਨੰਬਰ ਲਾਸਟ ਆ ਦੋਨੋਂ ਟੀਮਾਂ ਦੀ ਤਾੜੀ ਤਾਂ ਮਾਰੋ ਨੰਬਰ ਸਾਡੇ ਵੀਰ ਦਾ ਹੋ 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 ਦਿਲ ਵਾਲੇ ਤੇ ਹੋ 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 ਵਾਹਿਗੁਰੂ ਹੋਰ ਵੀ ਚੰਗੀਆਂ ਬਖਸ਼ੇ ਦਿੱਲੀ ਪਿਓ ਬਾਈ ਦੇ ਵੱਲੋਂ ਵੀ ਗੱਡੇ ਦਾਨ ਆਏ ਹੈ ਭਰਾ ਗੱਡਾ ਦਾਨ ਕਰਕੇ ਜੀ ਬਾਈ ਦਿੱਲੀ ਭਿਆਰੀ ਦੇ ਸਾਡੇ ਜ਼ਿੰਦਗੀ ਹੈ ਨਹੀਂ ਬਹਿ ਆਪਣੀ ਫੇਰੇ ਜਾਂਦੇ ਚਾਰਜ ਬਾਅਦ ਚ ਲਾ ਲਈ ਬਹਿ ਜਾ ਵੀਰ ਬਣਗੇ ਲਾਸਟ ਨੰਬਰ ਬਣਿਆਰੀ ਦਾ ਸਾਡਾ ਕਹਿ ਜਾ ਵੀਰ ਬਣਗੇ ਹੋਰਨਾ ਕਿਹੜੇ ਦੇ
ਲਾਸਟ ਨੰਬਰ ਪਨਿਆਰੀ ਪੰਜ ਸੌ ਦਾ ਰਾਮ ਸਹੀ ਆ ਬਣਾਇਆ ਨੰਬਰ ਲਾਸਟ ਹੈ ਲਾਸਟ ਨੰਬਰ ਬਾਈ ਸਾਲੂ ਬਨਿਆਰੀ ਕਾ ਨੰਬਰ ਉਧਰ ਦਰਸ਼ ਪਿੰਡ ਸਭਾ ਵੀਰ ਵਾਹਿਗੁਰੂ ਪੁੱਤਰ ਦੇ ਦਾਤ ਵਾਸੀ ਹੈ ਪਹਿਲੇ ਦੋ ਦਿਨ ਪਿੱਤਰ ਮਿੱਠੜੇ ਦੇਵੇ ਰੱਬ ਸਭ ਨੂੰ ਦੇਵੇ ਭਾਈ ਫਸਟ ਪਨਿਆਰੀ ਸੈਕਿੰਡ ਫਿਰੋਜ਼ਸ਼ਾਹ ਵੀ ਬਾਈ ਵੇਟ ਕਰਨਾ ਬੈਸਟ ਬਤਾਏਗੇ ਬਾਈ ਬੇਬੀ ਕਿਉਂ ਬਾਈ ਦਾ ਵੀ ਸਾਡਾ ਭਰਾ ਲਾਸਟ ਨੰਬਰ ਆ 500 ਦੇਜਾ ਕਰਕੇ ਵੱਡਾ ਧੰਨਵਾਦ ਹੈ ਦੁੱਧ ਪੀਣੇ ਦੇ ਲਈ 500 ਲਓ ਜੀ ਬੋਲਦਾ ਨੇ ਨਾਲ ਆ ਲੱਗਿਆ ਚੱਲੋ ਸਾਰੀ ਜਿਹੜੇ ਸਾਹ ਲਾ ਕੇ ਦੇਵ ਪੱਟਾ ਨਾਲ ਆਪਣੀ ਝੰਕਰਾ ਨਵਾਲ ਜਿਹਾ ਹੋ ਗਿਆ ਬਾਈ ਜੀ ਬੋਲ ਚੁੱਕੇ ਆਉਣ ਦੇ ਵਿੱਚ ਲਿਆਓ ਜੀ ਵਿੱਚ